ਦਾ ਦਸੰਬਰ ਦਾ ਵਿਆਹ ਕਰਾਇਆ ਸੀਗਾ। ਅੱਛਾ ਜੀ। ਜਿਹੜੇ ਮਹੀਨੇ ਇਹ ਸਾਡੇ ਕੋਲੇ ਬੱਚੀ ਭੇਜਦੀ ਉਸੇ ਮਹੀਨੇ ਇਹਨੇ ਵਿਆਹ ਕਰਾ ਲਿਆ। ਵੀ ਤੂੰ ਮਾਤਾ ਆਪ ਦਾ ਪਲਾਟ ਆਪ ਦੀ ਕੁੜੀ ਦੇ ਨਾਂ ਹੀ ਕਰਾ ਦੇ ਮੇਰੀ ਕੁੜੀ ਮੇਰੇ ਕੋਲੇ ਛੱਡ ਦੇ। ਹਮਮ। ਮੇਰੀ ਜਿੰਦ ਜਾਨ ਹੈ ਮੇਰੀ ਬੱਚੀ। ਕਹਿੰਦਾ ਡੈਡੀ ਬੋਲਣਾ ਨਹੀਂਗਾ ਸੈਨ ਕਰਦੇ ਸੈਨ ਕਰਕੇ ਬਸ ਘਰੇ ਆ ਗਿਆ ਰੋਂਦਾ ਹੀ ਘਰੇ ਫੇਰ ਆ ਗਿਆ। ਬਸ ਸਟੇਰਰ ਵੀ ਪਾਉਣ ਲੱਗਾ ਮੈਂ ਜ਼ਿੰਦਗੀ ਤੋਂ ਅੱਕ ਗਿਆ ਮੈਂ ਜ਼ਿੰਦਗੀ ਤੋਂ ਅੱਕ ਗਿਆ ਬਸ ਆਹੀ ਗੱਲਾਂ ਕਰਦਾ। 12 ਨੰਬਰ ਨੂੰ ਪੂਰਾ ਪਤਾ ਲੱਗ ਗਿਆ ਵੀ ਹੁਣ ਮੇਰੀ ਬੱਚੀ ਮੇਲਣੀ ਨਹੀਂ ਮੈਨੂੰ ਇਹੀ ਕਹਿੰਦਾ ਰਿਹਾ ਮੰਮੀ ਉਹਨਾਂ ਨੇ ਮੇਰੀ ਕੁੜੀ ਸਾਂਭਣੀ ਨਹੀਂਗੀ ਮੇਰੀ ਕੁੜੀ ਰੋਲ ਦੇਣੀ ਆ ਮੰਮੀ ਮੇਰੀ ਕੁੜੀ ਸਾਂਭਣੀ ਨਹੀਂ ਉਹਨਾਂ ਨੇ ਰੋਲ ਦੇਣੀ ਆ ਮੈਂ ਉਹਨੂੰ ਬਹੁਤ ਸਮਝਾਇਆ ਬੱਚੇ ਨੂੰ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਜਾਂ ਮਾਂ ਦਾ ਪਿਆਰ ਮਿਲਣਾ ਜਾਂ ਪਿਓ ਦਾ ਮਿਲਣਾ ਜਾਂ ਉਹ ਮਾਂ ਦਾ ਮਿਲ ਲੈਣ ਦੇ ਕੋਈ ਗੱਲ ਨਹੀਂਗੀ ਪਰ ਬੱਚੇ ਨੇ ਬਹੁਤ ਦਿਲ ਤੇ ਲਾਈ ਆ ਉਹੀ ਬੱਚਾ ਮਨ ਦੇ ਵਿੱਚ ਕਰਕੇ ਉਸ ਸਾਈਡ ਪੈ ਗਿਆ ਕਹਿੰਦਾ ਡੈਡੀ ਜੇਰ ਨਾਲ ਗੱਲ ਕਰਨ ਨੂੰ ਦਿਲ ਕਰਦਾ ਦੋ ਗੱਲਾਂ ਕੀਤੀਆਂ ਫੋਨ ਕਰਤਾ ਨੇ ਤੇ ਸਾਢੇ 11 ਵਜੇ ਫੋਨ ਆਇਆ ਮੈਂ ਦਵਾਈ ਖਾ ਲਈ ਆ ਤੇ ਮੈਂ ਬੜਾ ਫੜ ਗਿਆ ਅਜ ਤੋਂ ਬੰਦੇ ਨਾਲ ਲੈ ਕੇ ਭੱਜਿਆ ਮੈਂ ਕਿਹਾ ਵੀ ਚੈਤ ਮੈਂ ਬਚਾ ਸਕਾਂ ਉਸੇ ਬੱਚੇ ਨੂੰ ਪਰ ਨਹੀਂ ਅਰੇ ਆਤਰੀਆ ਵੀ ਇਹੋ ਜੀ ਗੱਲ ਨਹੀਂ ਸੀਗੀ ਵੀ ਉਹ ਇਹੋ ਜਿਹਾ ਕੁਝ ਕਰ ਲੂਗਾ ਜਾਂ ਬਿਲਕੁਲ ਨਹੀਂ ਕੀ ਆ ਕਹਿੰਦਾ ਮੈਂ ਜ਼ਿੰਦਗੀ ਤੋਂ ਮੰਮੀ ਬਹੁਤ ਅੱਕ ਗਿਆ ਮੈਂ ਉਹਨੂੰ ਬਹੁਤ ਸਮਝਾਇਆ ਬਹੁਤ ਜ਼ਿਆਦਾ ਵੀ ਸਮਝਾਇਆ ਵੀ ਪਤ ਜ਼ਿੰਦਗੀ ਮਸਾਂ ਮਿਲਦੀ ਆ ਤੂੰ ਇਸ ਤਰ੍ਹਾਂ ਨਾ ਕਰ ਪਰ ਉਹ ਸਮਝਿਆ ਹੀ ਨਹੀਂ ਆਪ ਵੀ ਸਾਰਿਆਂ ਨੂੰ ਸ਼ੋਅ ਕਰਵਾਣੀਆਂ ਵੀ ਡਿਵੋਰਸ ਤੋਂ ਪਹਿਲਾਂ ਹੀ ਇਹਨਾਂ ਨੇ ਮੈਰਿਜ ਕਰਵਾ ਲਈ ਅਬੀ ਉਹ ਵੀ ਇੱਕ ਵਕੀਲ ਜਿਹਨੂੰ ਕਾਨੂੰਨ ਦੀ ਸਾਰੀ ਨੌਲੇਜ ਹੁੰਦੀ ਆ ਨਾ ਆਮ ਆਮ ਬੰਦੇ ਦਾ ਆਪਾਂ ਕਹਿ ਸਕਦੇ ਆ ਆਮ ਵੀ ਬੰਦਾ ਇਹ ਮਤਲਬ ਇਦਾਂ ਦਾ ਗੁਨਾਹ ਕਰਨ ਲੱਗੇ 100 ਵਾਰ ਸੋਚਦਾ ਵੀ ਪਹਿਲੇ ਵਿਆਹ ਤੋਂ ਡਿਵੋਰਸ ਨਹੀਂ ਹੋਇਆ ਮੈਂ ਦੂਜਾ ਵਿਆਹ ਕਰਾ ਰਿਹਾ ਹਾਂ ਕਾਨੂੰਨ ਦੇ ਪ੍ਰਬੰਧਨ ਦੇ ਵਿੱਚ ਇੱਕ ਵੱਡੀ ਸਜ਼ਾ ਹੈ ਦੀ ਫਿਰ ਵੀ ਉਹ ਤਾਂ ਵਕੀਲ ਸੀ ਜਿਹਨੂੰ ਕਾਨੂੰਨਾਂ ਦੀ ਜਿਹਨੇ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ ਸੀ ਉਹਨੇ ਵੀ ਇਸ ਤਰ੍ਹਾਂ ਦਾ ਗੁਨਾਹ ਕੀਤਾ ਹਾਂਜੀ ਹਾਂਜੀ ਫਿਰ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਬੀਤੇ ਦਿਨੀ ਪੰਜਾਬ ਦੇ ਵਿੱਚ ਅਨੇਕਾਂ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਇੱਕ ਤੀਕੇ ਦੇ ਨਾਲ ਝੋੜ ਕੇ ਰੱਖ ਦਿੱਤਾ ਫਿਰ ਚਾਹੇ ਉਹ ਗੱਲ ਹੋਵੇ ਲਾਪ੍ਰੀਤ ਸਿੰਘ ਲਾਡੀ ਧਨੋਲਾ ਦੇ ਸੁਸਾਇਡ ਦੀ ਜਾਂ ਫਿਰ ਗੱਲ ਹੋਵੇ ਲਾਪ੍ਰੀਤ ਸਿੰਘ ਲਵੀ ਜੋ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਧੰਨੋ ਦਾ ਨੌਜਵਾਨ ਸੀ ਉਸ ਦੇ ਵੱਲੋਂ ਕੀਤੀ ਗਈ ਆਤਮ ਹੱਤਿਆ ਦੀ ਤੇ ਜਾਂ ਫਿਰ ਗੱਲ ਹੋਵੇ ਯੂਪੀ ਦੇ ਵਿੱਚ ਹਰਚੰਦ ਸਿੰਘ ਮਰਡਰ ਕੇਸ ਦੀ ਅਜਿਹੀਆਂ ਇਹ ਕਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਮੌਤਾਂ ਨੇ ਪੂਰੇ ਪੰਜਾਬ ਦੇ ਨਾਲ ਨਾਲ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਦੋਸਤੋ ਇਹਨਾਂ ਸਾਰੀਆਂ ਕਟਨਾਵਾਂ ਦੇ ਵਿੱਚ ਇੱਕ ਜੋ ਚੀਜ਼ ਕਾਮਨ ਹੈ ਜੋ ਆਪਸ ਦੇ ਵਿੱਚ ਮਿਲ ਖਾਂਦੀ ਹੈ ਉਹ ਇਹ ਹੈ ਕਿ ਉਹਨਾਂ ਨੌਜਵਾਨਾਂ ਦਾ ਬਿਨਾਂ ਆਪਣੀ ਜ਼ਿੰਦਗੀ ਭੋਗੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਜਹਾਨ ਤੋਂ ਚਲੇ ਜਾਣਾ ਜਿਨ੍ਹਾਂ ਨੇ ਕੀ ਹਾਲੇ ਆਪਣੀ ਜ਼ਿੰਦਗੀ ਵੀ ਨਹੀਂ ਦੇਖੀ ਸੀ ਤੇ ਫਿਰ ਉਹਨਾਂ ਦੀ ਮੌਤ ਦੇ ਪਿੱਛੇ ਦਾ ਕਾਰਨ ਵੀ ਉਹ ਆਪ ਨਹੀਂ ਸੀ ਜਾਂ ਫਿਰ ਉਹਨਾਂ ਦਾ ਕੋਈ ਅਜਿਹੇ ਕਾਰਜ ਨਹੀਂ ਸੀ ਜਿਸ ਦੇ ਕਰਕੇ ਉਹਨਾਂ ਨੇ ਮੌਤ ਨੂੰ ਗਲੇ ਲਗਾਇਆ ਬਲਕਿ ਉਹਨਾਂ ਦੀ ਮੌਤ ਦੇ ਲਈ ਜ਼ਿਆਦਾਤਰ ਜ਼ਿੰਮੇਵਾਰ ਸੀ ਉਹਨਾਂ ਦਾ ਜੀਵਨ ਸਾਥੀ ਜਾਂ ਫਿਰ ਉਹਨਾਂ ਦੀ ਪ੍ਰੇਮਿਕਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਹਰਚਰਨ ਸਿੰਘ ਮਰਡਰ ਕੇਸ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਪ੍ਰੇਮਿਕਾ ਦੇ ਕਰਕੇ ਉਹਨਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਲਾਪਰੇ ਸਿੰਘ ਲਾਡੀ ਧਨੋਲਾ ਤੇ ਲਾਪਰੇ ਸਿੰਘ ਲਵੀ ਮਲੇਰ ਕੋਟਲਾ ਉਹਨਾਂ ਦੀ ਜੀਵਨ ਸਾਥੀ ਉਹਨਾਂ ਦੀ ਪਤਨੀ ਦੇ ਕਰਕੇ ਉਹਨਾਂ ਦੀ ਮੌਤ ਹੋਈ ਤੇ ਦੋਸਤੋ ਅਜਿਹੀ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਕਿ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਵੱਲੋਂ ਸੁਸਾਇਡ ਕੀਤਾ ਗਿਆ ਹੈ ਸੁਸਾਇਡ ਵੀ ਕੀਤਾ ਗਿਆ ਆਪਣੀ ਪਤਨੀ ਦੇ ਕਰਕੇ ਕੀ ਕਾਰਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਮੇਰੇ ਨਾਲ ਇਸ ਵੇਲੇ ਉਸ ਨੌਜਵਾਨ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਤੇ ਉਹਨਾਂ ਦੇ ਜੀਜਾ ਜੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਦੱਸ ਦਈਏ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਗੁਨਾਹ ਹੁੰਦਾ ਹੈ ਜਾਂ ਫਿਰ ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਸਭ ਤੋਂ ਜੋ ਪਹਿਲਾ ਆਪਣੇ ਦਿਮਾਗ ਦੇ ਵਿੱਚ ਨਾਮ ਆਉਂਦਾ ਉਹ ਇੱਕ ਵਕੀਲ ਸਾਹਿਬ ਦਾ ਹੁੰਦਾ ਹੈ ਕਿਉਂਕਿ ਵਕੀਲ ਸਾभी ਇੱਕ ਅਜਿਹਾ ਕਰੈਕਟਰ ਹੈ ਜੋ ਕਿ ਹਰ ਇੱਕ ਇਨਸਾਨ ਨੂੰ ਅਦਾਲਤ ਦੇ ਵਿੱਚ ਉਸ ਦੀ ਪੈਰਵਾਈ ਕਰਕੇ ਉਸ ਦਾ ਪੱਖ ਰੱਖ ਕੇ ਇਨਸਾਫ ਲੈ ਕੇ ਦਿੰਦਾ ਹੈ ਪਰ ਦੋਸਤੋ ਇਸ ਕੇਸ ਦੇ ਵਿੱਚ ਇੱਕ ਵਕੀਲ ਪੇਸ਼ੇ ਨੂੰ ਵੀ ਦਾਗਦਾਰ ਕੀਤਾ ਗਿਆ ਇੱਕ ਔਰਤ ਵੱਲੋਂ ਇੱਕ ਨਹੀਂ ਕਹਿ ਸਕਦੇ ਉਸ ਨੇ ਕਈ ਅਜਿਹੇ ਰਿਸ਼ਤਿਆਂ ਨੂੰ ਵੀ ਦਾਗਦਾਰ ਕੀਤਾ ਜਿੱਥੇ ਇੱਕ ਪਤਨੀ ਦੇ ਰਿਸ਼ਤੇ ਨੂੰ ਦਾਗਦਾਰ ਕੀਤਾ ਇੱਕ ਔਰਤ ਦੇ ਰਿਸ਼ਤੇ ਨੂੰ ਦਾਗਦਾਰ ਕੀਤਾ ਉੱਥੇ ਇੱਕ ਵਕੀਲ ਦੇ ਜੋ ਕਿ ਇੱਕ ਮਾਨਯੋਗ ਪੇਸ਼ਾ ਹੈ ਉਸ ਨੂੰ ਵੀ ਦਾਗਦਾਰ ਕੀਤਾ ਕਿਉਂਕਿ ਉਸ ਨੌਜਵਾਨ ਜਤਿੰਦਰ ਸਿੰਘ ਦੀ ਪਤਨੀ ਜੋ ਕਿ ਵਕਾਲਤਕਾਰੀ ਸੀ ਉਸ ਦੇ ਕਰਕੇ ਉਸ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਵੱਲੋਂ ਸੁਸਾਇਡ ਕੀਤਾ ਜਾਂਦਾ ਆਪਣੀ ਜੀਵਨ ਲੀਲਾ ਖਤਮ ਕੀਤੀ ਜਾਂਦੀ ਹੈ ਦੋਸਤੋ ਇੱਥੇ ਆਪਾਂ ਸੋਚ ਕੇ ਦੇਖ ਸਕਦੇ ਹਾਂ ਕਿ ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਖਤਮ ਕਰਨ ਵਾਸਤੇ ਸੋਚਦਾ ਹੈ ਤਾਂ ਉਸ ਦੇ ਦਿਮਾਗ ਤੇ ਕਿੰਨਾ ਵੱਡਾ ਕੋਈ ਬੋਝ ਹੋਵੇਗਾ ਕਿੰਨੀ ਵੱਡੀ ਕੋਈ ਟੈਨਸ਼ਨ ਹੋਵੇਗੀ ਕਿੰਨੀ ਗਤੀਵਿਧੀਆਂ ਉਸ ਦੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਜਿਸ ਦੇ ਕਰਕੇ ਉਸ ਨੂੰ ਅਜਿਹਾ ਸਟੈਪ ਲੈਣਾ ਪਿਆ ਸੋ ਸਾਰੀ ਗੱਲਬਾਤ ਜਾਣਦੇ ਆ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਮਾਤਾ ਜੀ ਜਤਿੰਦਰ ਸਿੰਘ ਦੇ ਕੀ ਪੂਰੀ ਗੱਲਬਾਤ ਸੀ ਇੱਕ ਵਾਰ ਸਾਰੀ ਗੱਲਬਾਤ ਸ਼ੁਰੂ ਤੋਂ ਦੱਸ ਦਿਓ ਜਤਿੰਦਰ ਸਿੰਘ ਦਾ ਵਿਆਹ ਹੁੰਦਾ ਉਸ ਤੋਂ ਬਾਅਦ ਹਾਂਜੀ ਵਿਆਹ ਤੋਂ 6 ਮਹੀਨੇ ਬਾਅਦ ਉਹ ਬਹੁਤ ਕਲੇਸ਼ ਕਰਨ ਲੱਗ ਗਈ ਸੀ ਲੜ ਲੱਗ ਗਈ ਸੀ ਕਿਸ ਗੱਲ ਨੂੰ ਲੈ ਕੇ ਕਲੇਸ਼ ਹੁੰਦਾ ਸੀ ਬਸ ਵੈਸੇ ਕੋਈ ਵੀ ਗੱਲ ਨਹੀਂ ਸੀ ਘਰ ਚ ਹੁੰਦੀ ਸਾਰੀ ਗੱਲ ਉਹਦੀ ਮੰਨਦੇ ਸੀਗੇ ਬਸ ਕੋਈ ਵੀ ਮਾੜੀ-ਮੋਟੀ ਗੱਲ ਤੋਂ ਵੀ ਉਹਨੇ ਫਿਰ ਕੰਧਾਂ 'ਚ ਸਿਰ ਮਾਰ ਲੈਣੇ ਵਾਲ ਖੋਲ ਲੈਣੇ ਬਸ ਇਸ ਤਰ੍ਹਾਂ ਹੀ ਕਰੀ ਜਾਣਾ ਉਹਨੇ ਜਤਿੰਦਰ ਦੇ ਜਤਿੰਦਰ ਤਾਂ ਬਿਲਕੁਲ ਹੀ ਨਹੀਂ ਸੀ ਉਹਦੇ ਮੂਰੇ ਬੋਲਦਾ ਬਾਕੀ ਜਦੋਂ ਵੀ ਉਹਦੇ ਮਾਪਿਓ ਨੇ ਆਉਣਾ ਉਹਨਾਂ ਨੇ ਕੋਈ ਮਾੜੀ ਜੀ ਗੱਲ ਵੀ ਹੋਣੀ ਤੇ ਮਾਪਿਆਂ ਨੇ ਨਾਨਕਾਂ ਦੇ ਘਰੋਂ ਹੀ ਲੈ ਜਾਣੀ। ਮੁੰਡੇ ਨੂੰ ਮunicipal ਪੁੱਛਦੇ, ਸਾਨੂੰ ਮunicipal ਪੁੱਛਦੇ। ਇਸ ਤਰ੍ਹਾਂ ਹੀ ਹੁੰਦੇ ਹੁੰਦੇ ਫਿਰ ਵੀ 2-4 ਮਹੀਨੇ ਪੇਕਿਆਂ ਤੋਂ ਅਸੀਂ ਲੈ ਕੇ ਆਉਣੀ। ਜਤਿੰਦਰ ਨੇ ਆਪਦੇ ਸਹੁਰੇ ਦੇ ਪੈਰੀਂ ਹੱਥ ਲਾ ਕੇ ਵੀ ਤੱਕ ਵੀ ਲੈ ਕੇ ਆਉਣੀ। ਪਹਿਰਿਆਂth ਵੀ ਲਾਏ ਸਹੁਰੇ ਦੇ ਅਸੀਂ ਮਨਤਾ ਕੀਤੀਆਂ ਕੁੜੀ ਨੂੰ ਵੀ ਅਸੀਂ ਨਾਲ ਲੈ ਕੇ ਗਏ ਆ ਫਿਰ ਅਸੀਂ ਲੈ ਕੇ ਆਉਂਦੇ ਰਹੇ ਆ ਬਸ ਇਸ ਤਰ੍ਹਾਂ ਹੀ سلسلہ ਚੱਲਦਾ ਰਿਹਾ ਥੋੜਾ ਜਿਹਾ ਚਰ ਮੁੜ ਕੇ ਉਹਨੇ ਇਹੋ ਜਿਹਾ ਪਤਾ ਨਹੀਂ ਕੀ ਖਰਚੇ ਉਹਨਾਂ ਦੇ ਸੀਗੇ ਵਕਾਲਤ ਵੀ ਇੱਥੇ ਆ ਕੇ ਕੀਤੀ ਆ ਸਾਰਾ ਕੁਝ ਕੰਮ ਵੀ ਸਾਰਾ ਮੈਂ ਕਹਿੰਨੀ ਬਿਲਕੁਲ ਨਹੀਂ ਸੀ ਕਰਦੀ ਉਥੋਂ ਲੈ ਗਏ ਸਾਡਾ ਮਕਾਨ ਵੀ ਵਿਕਾਤਾ ਕਹਿੰਦੇ ਵੀ ਇਧਰੋਂ ਜਲੰਧਰ ਵਾਲ ਨੂੰ ਲੈਣਾ ਆਪਾਂ ਕਿਹੜੀ ਜਗ੍ਹਾ ਰਹਿੰਦੇ ਸੀ ਪਹਿਲਾਂ ਅਸੀਂ ਜੱਸੀਆਂ ਰੋਡ ਤੇ ਲੈ ਲੈਂਦੇ ਰਹਿੰਦੇ ਸੀ ਅੱਛਾ ਹਾਂਜੀ ਫਰੈਂਡਿਸਕਲੋਨੀ ਜੱਸੀਆਂ ਰੋਡ ਲੁਧਿਆਣਾ ਉੱਥੇ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਵੀ ਸੀ ਇੱਥੇ ਬਣਾਉਣ ਲੱਗ ਗਏ ਬਣਾਉਣ ਲੱਗ ਗਏ ਇੱਥੇ ਆ ਕੇ ਉਹਨੂੰ ਅਸੀਂ ਉੱਧਰ ਕਰਾਏ ਤੇ ਰਹਿੰਦੇ ਸੀਗੇ ਆ ਕੇ ਵੀ ਆ ਮਕਾਨ ਬਣਦਾ ਸੀ ਉੱਥੇ ਉਹਨੂੰ ਲਾਇਸੈਂਸ ਮਿਲਿਆ ਕੇ ਵਕੀਲ ਦਾ ਅੱਛਾ ਤਿੰਨ ਸਾਲ ਸਮਝ ਲਓ ਉਹਨੇ ਇੱਥੇ ਆ ਕੇ ਕੋਰਸ ਕੀਤਾ ਵੱਧ ਤੋਂ ਵੱਧ 4 ਮਹੀਨੇ ਸੀ ਪੇਕਿੰਗ ਕੋਰਸ ਕਰ ਕੀਤਾ ਸੀ ਇੱਥੇ ਕੋਰਸ ਕਰਦੀ ਸੀ ਇੱਥੇ ਆ ਕੇ ਫਿਰ ਉਹ ਨਹੀਂ ਉਹੀ ਕੇਸ ਕਰਤਾ ਤੇ ਮੁੰਡੇ ਨੂੰ ਕਹਿੰਦੀ ਮੈਂ ਹੁਣ ਇੱਥੇ ਵੀ ਨਹੀਂ ਰਹਿਣਾ ਤੇ ਜਲੰਧਰ ਚੱਲ ਮੇਰੇ ਨਾਲ ਮਤਲਬ ਜਲੰਧਰ ਲਜਾਣ ਦਾ ਕੀ ਕਾਰਨ ਸੀ ਜਲੰਧਰ ਕਹਿੰਦੀ ਮੈਂ ਤਾਂ ਉੱਥੇ ਹੀ ਰਹਿਣਾ ਉੱਥੇ ਇਧਰ ਮੈਂ ਨਹੀਂ ਆਉਣਾ ਆਇਆ ਕਰ ਮਤਲਬ ਉਹਦੇ ਪੇਕੇ ਸੀ ਕੀ ਸੀ ਨਹੀਂ ਪੇਕੇ ਕਹਿੰਦੀ ਮੇਰੇ ਪਿਓ ਨੇ ਮકાਨ ਲੈਤਾ ਜਲੰਧਰ ਤੇ ਮੈਂ ਇਹਨਾਂ ਕੋਲੇ ਨਹੀਂ ਰਹਿਣਾਗਾ ਵੀ ਇੱਥੇ ਵੀ ਮੇਰੇ ਪਸੰਦ ਨਹੀਂ ਮકાਨ ਇੱਕ ਮਿੰਟ ਇੱਥੇ ਤੁਹਾਨੂੰ ਟੋਕਣਾ ਚਾਹੁੰਗਾ ਉਹਦੇ ਪੇਕੇ ਕਿੱਥੇ ਸੀਗੇ ਪੇਕੇ ਉਹਦੇ ਮੈਤੇ ਦੇ ਕੋਲੇ ਸੀਗੇ ਕੋਟਲੀ ਪਿੰਡ ਦਾ ਕੋਟਲਾ ਮਤਲਬ ਉਹ ਜਲੰਧਰ ਜਾਣ ਦੇ ਲਈ ਮਜਬੂਰ ਕਰਦੀ ਸੀ ਹਾਂਜੀ ਉਹ ਮਜਬੂਰ ਕਰਕੇ ਲੈ ਕੇ ਗਈ ਅਸੀਂ ਉਹਨੂੰ ਬਹੁਤ ਸਮਝਾਇਆ ਅਸੇ ਕਾ ਵੀ ਕੋਈ ਗੱਲ ਨਹੀਂ ਜੇ ਚਲ ਸਾਡੇ ਨਾਲ ਵੀ ਰਹਿਣਾ ਅਸੀਂ ਤੈਨੂੰ ਮਕਾਨ ਵੀ ਦੇ ਦਿੰਨੇ ਆ ਤੁਸੀਂ ਇੱਥੇ ਰਹਿ ਕੇ ਆਪਦਾ ਜਲੰਧਰ ਜਾਇਆ ਕਰ ਕਹਿੰਦੀ ਮੇਰੇ ਪਿਓ ਨੇ ਮੈਨੂੰ ਮਕਾਨ ਲੈਤਾ ਜਲੰਧਰ ਵਿੱਚ ਤੇ ਮੈਂ ਤਾਂ ਉੱਥੇ ਹੀ ਰਹਿਣਾ ਉੱਥੇ ਮੈਂ ਆਪਦਾ ਵਕੀਲ ਦੇ ਨਾਲ ਚੈਂਬਰ ਖਰੀਦਣਾ ਤੇ ਮੈਂ ਉੱਥੇ ਹੀ ਰਹਿਣਾ ਮੁੰਡੇ ਨੂੰ ਵੀ ਨਾਲ ਲੈ ਗਈ ਇੱਕ ਸਾਲ ਉੱਥੇ ਰਹੀ ਆ ਬੱਚੀ ਦਾ ਜਨਮ ਵੀ ਉੱਥੇ ਹੋਇਆ ਸਾਨੂੰ ਉਹਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਫੋਨ ਨਹੀਂ ਕਰਨਾ ਕੋਈ ਵੀ ਬਿਲਕੁਲ ਨਾ ਤੁਸੀਂ ਆਉਣਾ ਸਾਡੇ ਕੋਲੇ ਫੇਰ ਮੇਰਾ ਘਰ ਵਸੂਗਾ ਮੇਰੇ ਬੱਚਾ ਵੀ ਹੋ ਜੂਗਾ ਮੈਂ ਉਹਦਾ ਵੀ ਤੁਹਾਨੂੰ ਮੂੰਹ ਨਹੀਂ ਵਿਖਾਉਣਾ ਅਸੀਂ ਕਹ ਵੀ ਠੀਕ ਆ ਚਲੋ ਤੁਸੀਂ ਘਰ ਤੁਹਾਡਾ ਵਸਣਾ ਚਾਹੀਦਾ ਅਸੀਂ ਰਹਿ ਪਾਂਗੇ ਇਸੇ ਤਰ੍ਹਾਂ ਹੀ ਉੱਥੇ ਹੀ ਬੱਚੀ ਹੋਈ ਆ ਬੱਚੀ ਤੋਂ ਬਾਅਦ ਦੇ ਵਿੱਚ ਬੱਚੀ 4 ਮਹੀਨੇ ਦੀ ਹੋਈ ਆ ਤੇ ਇੱਥੇ ਆ ਗਈ ਮਿਲਣ ਅੱਛਾ ਜੀ ਇੱਥੇ ਆ ਕੇ ਮਿਲਣ ਮੁੜ ਕੇ ਮਿਲ ਕੇ ਗਏ ਆ ਤਾਂ ਫਿਰ ਕਹਿੰਦੀ ਵੀ ਅਸੀਂ ਤਾਂ ਇੱਥੇ ਆਉਣਾ ਮਕਾਨ ਬਣ ਗਿਆ ਸੀ ਜਦੋਂ ਫਿਰ ਅਸੀਂ ਇੱਥੇ ਆਉਣਾ ਮੈਂ ਸੋਚਿਆ ਮੈਂ ਕਿਹਾ ਚਲੋ ਬੱਚੀ ਆ ਅਸੀਂ ਬੱਚੀ ਨੂੰ ਘਰੇ ਰੱਖਿਆ ਕਰਾਂਗੇ ਇਹ ਆਪਦਾ ਦੋਨੇ ਜੀ ਜਲੰਧਰ ਜਾਂਦੇ ਆ ਕੰਮ ਕਰਨਗੇ ਚਲੋ ਫਿਰ ਵੀ ਠੀਕ ਅਸੀਂ ਸਮਝੌਤਾ ਕਰ ਲਿਆ ਇੱਥੇ ਆ ਕੇ 2 ਮਹੀਨੇ ਬਾਅਦ ਫਿਰ ਉਹੀ ਗਰੀਸ ਅੱਛਾ ਜੀ ਮਤਲਬ ਫਿਰ ਲੜਾਈ ਝਗੜਾ ਲੜਾਈ ਝਗੜਾ ਬਹੁਤ ਜ਼ਿਆਦਾ ਕਰਨ ਲੱਗ ਗਏ ਉਸੇ ਤਰ੍ਹਾਂ ਹੀ ਲੜਾਈ ਝਗੜਾ ਕਰਦੀ ਰਹੀ ਚਲੋ ਇੱਥੋਂ ਫਿਰ ਉਹਦੇ ਭਰਾ ਦਾ ਵਿਆਹ ਸੀ ਤੇ ਭਰਾ ਦੇ ਵਿਆਹ ਤੇ ਚਲੀ ਗਈ ਅੱਛਾ ਜੀ 13 ਦਸੰਬਰ ਦਾ ਵਿਆਹ ਸੀਗਾ ਅਕਤੂਬਰ ਜੀ ਚਲੀ ਗਈ ਲੰਗੀ 13 ਦਸੰਬਰ 2020 ਦੀ ਗੱਲ ਕਰ ਰਹੇ ਆਪਾਂ ਉੱਥੇ ਚਲੀ ਗਈ ਉਦੋਂ ਪਹਿਲਾਂ ਵੀ ਇੱਥੇ ਰਹੀ ਕਹਿੰਦੀ ਮੈਂ ਜੱਜ ਦੇ ਪੇਪਰ ਦੇਣੇ ਆ ਸੀ ਫੇਰ ਵੀ ਪੜ੍ਹਾਈ ਆ ਜੱਜ ਦਾ ਪੇਪਰ ਦਿੱਤਾ ਇਹ ਪੰਜ ਨੰਬਰਾਂ ਤੇ ਖਣੀ ਪਤਾ ਨਹੀਂ ਰਹਿ ਗਈ ਸੀ ਫੇਰ ਪੇਕੀ ਚਲੀ ਗਈ ਇਹ ਨਹੀਂ ਉੱਥੋਂ ਵਾਪਸ ਆਈ ਇੱਕ ਸਾਲ ਸਾਲ ਬਾਅਦ ਇਹ ਆਈ ਹੈ ਤਾਂ ਇਹ ਆਪਦੀ ਭੂਆ ਦੇ ਘਰੇ ਆ ਗਈ ਹੈ ਇਹਦੀ ਭੂਆ ਸਾਡੇ ਕੋਲੇ ਆਈ ਇਹਦੇ ਮਾਮੇ ਦਾ ਮੁੰਡਾ ਸਾਡੇ ਕੋਲੇ ਆਇਆ ਕਹਿੰਦੇ ਵੀ ਜਿਹੜੀਆਂ ਵੀ ਗੱਲਾਂ ਹੋਈਆਂ ਤੁਸੀਂ ਭਲਾ ਦਿਓ ਤੇ ਵੀ ਅਸੀਂ ਹੁਣ ਘਰੇ ਛੱਡ ਕੇ ਜਾਵਾਂਗੇ ਅਸੀਂ ਫੇਰ ਵੀ ਭਲਾਤੀਆਂ ਸੀ ਕਹਿੰਵੀ ਚਲ ਠੀਕ ਆ ਤੁਸੀਂ ਛੱਡ ਜੋ ਕਹਿੰਦੀ ਮੈਂ ਤਾਂ ਪੀਜੀ ਚ ਰਹਿਣਾ ਲੁਧਿਆਣੀ ਮੈਂ ਚਾਜੇ ਦਾ ਕੋਰਸ ਕਰਨਾ ਅਸੀਂ ਕਹਾਂ ਠੀਕ ਆ ਬੱਚੀ ਇਹਨੇ ਭੇਜਤੀ ਆ ਆਪਦੀ ਮੁੰਡੇ ਦੇ ਨਾਲ ਗੱਲਬਾਤ ਕੀਤੀ ਆ ਮੁੰਡੇ ਦਾ ਅਗਲੇ ਦਿਨ ਇਹਨੇ ਆਪਦੀ ਬੱਚੀ ਭੇਜਤੀ ਸਾਡੇ ਕੋਲੇ ਅਸੀਂ ਇਹ 10 ਮਹੀਨੇ 11 ਰੱਖੀਓ ਇਹ ਸਾਡੇ ਕੋਲੇ ਨਹੀਂ ਆਈ ਮੈਂ ਬਹੁਤ ਫੋਨ ਕੀਤੇ ਬੱਚੀ ਦਾ ਜਨਮ ਦਿਨ ਸੀ 23 ਮਈ ਦਾ ਮੈਂ ਉਦੋਂ ਵੀ ਫੋਨ ਕੀਤੇ ਮੈਂ ਆਖਿਆ ਵੀ ਤੈਨੂੰ ਛੱਡ ਵੀ ਜਾਵਾਂਗੇ ਲੈ ਜਾਾਂਗੇ ਆ ਜਾ ਇਹ ਨਹੀਂ ਆਈ ਇਹਦਾ ਦਸੰਬਰ ਦਾ ਵਿਆਹ ਕਰਾਇਆ ਸੀਗਾ ਅੱਛਾ ਜੀ ਜਿਹੜੇ ਮਹੀਨੇ ਇਹ ਸਾਡੇ ਕੋਲੇ ਬੱਚੀ ਭੇਜਦੀ ਉਸੇ ਮਹੀਨੇ ਇਹਨੇ ਵਿਆਹ ਕਰਾ ਲਿਆ ਮਤਲਬ ਜਿਹੜੇ ਦੂਜੇ ਵਿਆਹ ਬਾਰੇ ਗੱਲ ਸਾਹਮਣੇ ਆਉਂਦੀ ਹੈ ਹਾਂ ਜੀ ਇਹਨੇ ਦਸੰਬਰ ਦੇ ਵਿੱਚ ਵਿਆਹ ਕਰਾ ਲਿਆ ਸਾਨੂੰ ਨਹੀਂ ਸੀ ਪਤਾ ਸਾਡੇ ਨਾਲ ਗੱਲਾਂ ਬਤਾ ਕਰਦੀ ਰਹੀ ਆ ਸਾਡੇ ਕੋਲੇ 4 ਮਹੀਨੇ ਬਾਅਦ ਪੰਜੇ ਦੀਆਂ ਫੋਟੋ ਆ ਗਈਆਂ ਵੀ ਇਹਨੇ ਵਿਆਹ ਕਰਾ ਲਿਆ ਅਸੀਂ ਉਹ ਵੀ ਫੋਟੋ ਨਹੀਂ ਲਾਈਆਂ ਅਸੀਂ ਆਖਿਆ ਵੀ ਠੀਕ ਹੈ ਜੇ ਇਹਨੇ ਆਪੇ ਤਲਾਕ ਦੇ ਕਾਗਜ਼ ਲਾਤੇ ਆ ਜਲੰਧਰ ਦਾ ਵਕੀਲ ਆ ਕੋਈ ਉਹਦੇ ਕੋਲੇ ਅੱਛਾ ਪਹਿਲਾਂ ਇਹਨੇ ਪਹਿਲਾਂ ਉਦੋਂ ਪਹਿਲਾਂ ਵੀ ਇਹਨੇ ਕੇਸ ਲਾਇਆ ਸੀਗਾ ਉਹ ਦੂਸਰਿਆਂ ਕੋਲੇ ਉੱਥੇ ਅਸੀਂ ਤਰੀਕਾ ਤੇ ਜਾਂਦੇ ਰਹੇ ਉਦੋਂ ਬਾਅਦ ਇਹ ਇੱਥੇ ਭੂਆ ਕੋਲੇ ਆ ਗਈ ਹੈ ਤੇ ਇਹਨੇ ਕੇਸ ਜਲੰਧਰ ਲਾਤਾ ਵਕੀਲ ਤਲਾਕ ਦਾ ਉਸ ਸਮੇਂ ਤੁਹਾਡਾ ਬੇਟਾ ਤੁਹਾਡੇ ਕੋਲ ਇੱਥੇ ਹਾਂਜੀ ਬੇਟਾ ਸਾਡੇ ਸਾਡੇ ਕੋਲੇ ਸੀਗਾ ਠੀਕ ਗੱਲ ਫੋਨ ਕਰਦੀ ਸੀ ਸਾਰਾ ਕੁਝ ਕਰਦੀ ਸੀ ਪਰ ਉਹਨਾਂ ਉਹਨਾਂ ਇਹਨੇ ਬਸ ਇਹਨੂੰ ਪਤਾ ਸੀ ਵੀ ਮੇਰਾ 11 ਮਹੀਨੇ ਦਾ ਕੋਸਟ ਆ ਮੈਂ ਬੱਚੀ ਛੱਡ ਦਿੰਨੀ ਆ ਇਹਨਾਂ ਕੋਲੇ ਅਸੀਂ ਬੱਚੀ ਸੰਭੀ ਗਿਆ 11 ਮਹੀਨੇ ਜਦੋਂ ਇਹਦਾ ਉਧਰੋਂ ਕੋਰਸ ਪੂਰਾ ਹੋ ਗਿਆ ਇੱਥੇ ਇਹਨੇ ਕੋਰਸ ਲਾਤਾ ਕੇਸ ਕੇਸ ਲਾਤਾ ਵਕੀਲ ਨੂੰ ਛੁੱਟੀ ਸੀਗੀ ਉਹ ਦਿਨ ਛੁੱਟੀ ਹੋ ਗਈ ਇਹਨਾਂ ਨੇ ਫੋਨ ਕੀਤਾ ਬਈ ਅਸੀਂ ਮਿਲਣਾ ਹੈ ਰੋਡ ਦੇ ਉੱਤੇ ਔਰ ਵਕੀਲ ਕਹਿੰਦਾ ਵੀ ਤੁਸੀਂ ਬੱਚੀ ਨੂੰ ਮਿਲਾ ਲਓ ਰੋਡ ਦੇ ਉੱਤੇ ਮੈਂ ਜਤਿੰਦਰ ਸਿੰਘ ਨੂੰ ਬੋਲੀ ਵੀ ਮੈਂ ਕਹਿੰਦਾ ਜਤਿੰਦਰ ਤੇਰੇ ਨਾਲ ਤੋਂ ਕਹਿੰਦਾ ਮੇਰੇ ਕੋਰਟ 'ਚ ਬਹੁਤ ਬੋਲੀ ਆ ਮੇਰੇ ਨਾਲ ਉੱਥੇ ਵੀ ਲੜੀ ਆ ਤੇ ਆਪਾਂ ਨਾ ਮਿਲਾਈਏ ਕਹਿੰਦਾ ਨਹੀਂ ਮੰਮੀ ਕੋਈ ਗੱਲ ਨਹੀਂ ਆਪਾਂ ਗੱਲਬਾਤ ਕੀਤੀ ਮਿਲਾਉਣੇ ਇਹ ਰੋਡ ਤੇ ਮਲਾਉਣ ਗਿਆ ਬੱਚੀ ਨੂੰ ਬੱਚੀ ਕਾਰ 'ਚੋਂ ਨਿਕਲ ਕੇ ਵੀ ਜਤਿੰਦਰ ਨਾਲ ਭੱਜ ਕੇ ਆਈ ਆ ਇਹਨਾਂ ਨੇ ਫੇਰ ਫੜ ਕੇ ਕਾਰ 'ਚ ਕਰ ਲਈ ਮੁੰਡਾ ਉੱਡੀ ਦੌਰ ਮੋਟਰਸਾਈਕਲ ਲੈ ਕੇ ਖੜਿਆ ਇਹਨਾਂ ਨੇ ਕਾਰ ਭਜਾ ਕੇ ਲੈ ਗਈ अच्छा बे वो बेटी ਨੂੰ ਲਾ ਲਏ ਹਾਂਜੀ ਬੇਟੀ ਨੂੰ ਕਾਰ ਚ ਭਜਾ ਕੇ ਲੈ ਗਏ ਜੋ ਕਿ ਬੇਟੀ ਸਾਡੇ ਵਾਲੇ ਲਿਖੀ ਹੋਈ ਸੀ ਜਲੰਧਰ ਦੇ ਵਿੱਚ ਕਾਗਜ਼ ਵੇਖ ਲਓ ਸਾਰੇ ਕੋਰਟ ਚ ਜਿਹੜੇ ਕਾਗਜ਼ ਲੱਗੇ ਸੀਗਾ ਨਾ ਪਹਿਲਾਂ ਉਹ ਚ ਸਾਡੇ ਕੋਲੇ ਲਿਖੀ ਹੋਈ ਸੀਗੀ ਅਸੀਂ ਰੱਖਣੀ ਸੀ ਬੱਚੀ ਵੀ ਅਦਾਲਤੋ ਦੇ ਵਿੱਚ ਸਮਝੌਤਾ ਹੋਇਆ ਸੀਗਾ ਉਹਦੇ ਵਿੱਚ ਬੱਚੀ ਦੀ ਕਸਟਡੀ ਤੁਹਾਨੂੰ ਮਿਲੀ ਹਾਂਜੀ ਸਾਨੂੰ ਮਿਲੀ ਸੀ ਵੀ ਅਸੀਂ ਰੱਖਣੀ ਆ ਉਧਰ ਜੱਜ ਛੁੱਟੀ ਤੇ ਸੀ ਉਸ ਦਿਨ ਤੇ ਇਹਨਾਂ ਨੂੰ ਮਲਾਉਣ ਲੈ ਕੇ ਗਏ ਤੇ ਇਹ ਬੱਚੀ ਲੈ ਕੇ ਭੱਜ ਗਏ ਰਾਜ ਜਾ ਕੇ ਨੇ ਫੋਨ ਕੀਤਾ ਬਈ ਮੇਰਾ ਪੋਤੇ ਦਾ ਜਨਮ ਦੇਣਾ ਅਸੀਂ 26 27 ਤਰੀਕ ਨੂੰ ਭੇਜ ਦਿਆਂਗੇ ਸਾਸੇ ਦੀ ਨੇ ਫੋਨ ਕੀਤਾ ਇੱਕ ਮਹੀਨਾ ਰਕੋੜਾਂ ਪਈਆਂ ਸਾਰੀਆਂ ਫੋਨ ਚੋਂ ਕੱਢ ਲਿਓ ਅਸੀਂ ਮਹੀਨਾ ਪਰ ਇਹਨਾਂ ਦੀ ਮਿੰਨਤਾ ਕਰਦਾਰਾ ਮੁੰਡਾ ਬਈ ਮਾਤਾ ਛੱਡ ਜੋ ਮੇਰੀ ਕੁੜੀ ਨੂੰ ਇਹ ਨਹੀਂ ਛੱਡ ਕੇ ਗਏ ਦੀਵਾਲੀ ਨੂੰ ਵੀ ਉਹਨੇ ਕਿਹਾ ਵੀ ਮੇਰੀ ਬੱਚੀ ਮੇਰੇ ਕੋਲੇ ਚਾਹੀਦੀ ਆ ਕਹਿੰਦੀ ਪਲਾਟ ਹੈ ਜਿਹੜਾ ਇਹਨੇ ਦਬਾਚ ਕਰਾਇਆ ਸੀ ਉਹਦੇ ਨਾਂ ਕਹਿੰਦੀ ਮੈਂ ਤਾਂ ਕੁੜੀ ਦੇ ਨਾਂ ਕਰਾਉਣਾ ਇਹਨੇ ਫਿਰ ਇੰਨੀ ਗੱਲ ਵੀ ਕਹੀ ਵੀ ਤੂੰ ਮਾਤਾ ਆਪਦਾ ਪਲਾਟ ਆਪਦੀ ਕੁੜੀ ਦੇ ਨਾਂ ਹੀ ਕਰਾ ਦੇ ਮੇਰੀ ਕੁੜੀ ਮੇਰੇ ਕੋਲੇ ਛੱਡ ਦੇ ਮੇਰੀ ਜਿੰਦ ਜਾਨ ਹੈ ਮੇਰੀ ਬੱਚੀ ਮੈਂ ਬੱਚੀ ਤੋਂ ਬਿਨਾ ਜੀ ਨਹੀਂ ਸਕਦਾ ਇਹਨਾਂ ਨੇ ਬੱਚੀ ਨਹੀਂ ਛੱਡੀ 12 ਨਵੰਬਰ ਦੀ ਤਰੀਕ ਸੀਗੀ ਉਹਦੀ ਜੱਜ ਦੇ ਕੋਲੇ 12 ਨਵੰਬਰ ਨੂੰ 12 ਨਵੰਬਰ ਨੂੰ ਬੱਚੀ ਨੂੰ ਨਾਲ ਨਹੀਂ ਲੈ ਕੇ ਆਏ ਅੱਛਾ ਉਹਨੂੰ ਪਤਾ ਲੱਗ ਗਿਆ ਇਹਦੇ ਡੈਡੀ ਨੇ ਕਿਹਾ ਵੀ ਇਹ ਕਹਿੰਦੇ ਸੀ ਪਿਓ ਉਹਦਾ ਕਹਿੰਦਾ ਸੀ ਮੈਂ ਬੱਚੀ ਛੱਡ ਦੂੰਗਾ ਪਹਿਲਾਂ ਮੈਂ ਬੱਚੀ ਸੜਦੂ ਜਾਂ ਮਾਮੇ ਮਾਮੀ ਦੇ ਭਾਂਡੇ ਮੰਨ ਚੁਗੀ। ਅਸੀਂ ਅਸੀਂ ਤਾਂ ਲਈ ਹੋਈ ਸੀ ਕਨਾ। ਇਹ ਕਹਿੰਦੇ ਮੈਂ ਬੋਲੂ ਨਹੀਂ ਆਪਦੇ ਪਤਾ ਨਹੀਂ ਕੀ ਉਹਨੂੰ ਦਬਾ ਸੀ ਕੀ ਉਹਨੂੰ ਕੋਈ ਫੋਨ ਕਰਾ ਰਿਆ ਸੀਗਾ ਜਿਹਦੇ ਨਾਲ ਬਾਅਦ ਚ ਵਿਆਹੀ ਆ ਕੁੜੀ ਬਾਬਤ। ਇਹ ਵੀ ਸਾਨੂੰ ਹੁਣ ਪਤਾ ਲੱਗਾ ਉਹ ਵੀ ਗੱਲਾਂ ਆ ਜਾਣਗੀਆਂ। ਅਸੀਂ ਦੱਸ ਦਿਆਂਗੇ ਜੀ ਉਹਦੇ ਫੋਨ ਚੋਂ ਵੀ ਨਿਕਲੀਆਂ ਕਿਉਂ ਫੋਨ ਚ ਰਿਕਾਰਡ ਬਹੁਤ ਹੋਈਆਂ ਹੋਈਆਂ ਆਆਂ ਗੱਲਾਂ। ਉਹ ਹੁਣ ਪੁਲਿਸ ਕਢਾ ਲੂਗੀ ਚਲੋ। ਉੱਥੇ ਵੀ ਪਤਾ ਲੱਗ ਜੂ ਅਸੀਂ ਝੂਠ ਨਹੀਂ ਬੋਲਦੇ ਵਿੱਚ ਸਾਰੀਆਂ ਰਿਕਾਰਡਾਂ ਨਿਕਲ ਜਾਣਗੀਆਂ। ਬਸ ਉਦੋਂ ਇਹ ਬੱਚੀ ਨੂੰ ਲੈ ਗਏ ਆ। ਭੱਜ ਗਈ ਆ ਉਦੋਂ ਮਹੀਨੇ ਬਾਅਦ ਕੇ 12 ਨਵੰਬਰ ਦੀ ਤਰੀਕ ਸੀ 12 ਨਵੰਬਰ ਨੂੰ ਨੇ ਸਾਈਨ ਕਰਤੇ ਪਤਾ ਨਹੀਂ ਕਿਹਦੇ ਦਬਾਅ ਚ ਕੀਤੇ ਆ ਪਰ ਉਹ ਕਹਿੰਦਾ ਸੀ ਮੇਰੀ ਜਿੰਦ ਜਾਨ ਆ ਮੈਂ ਇਹ ਤੋਂ ਬਿਨਾ ਬਾਜੀ ਤੁਹਾਡੇ ਬੇਟੇ ਨੇ ਸਾਈਨ ਕਰਤੇ ਕਿਸ ਬਾਰੇ ਸਾਈਨ ਕੀਤੇ ਵੀ ਆਪਣੀ ਬੱਚੀ ਉਹਨੂੰ ਦੇਤੇ ਆ ਹਾਂਜੀ ਉਹ ਕਹਿੰਦੀ ਮੈਂ ਬੱਚੀ ਰੱਖਣੀ ਆ ਮੈਂ ਦੇਣੀ ਨਹੀਂ ਉਹਨੂੰ ਪਤਾ ਨਹੀਂ ਕੋਈ ਫੋਨ ਆਇਆ ਉਹਨੇ ਆਪਦੇ ਡੈਡੀ ਨੂੰ ਵੀ ਨਹੀਂ ਬੋਲਣ ਦਿੱਤਾ ਉੱਥੇ ਬਿਲਕੁਲ ਵੀ ਕਹਿੰਦਾ ਡੈਡੀ ਬੋਲਣਾ ਨਹੀਂਗਾ ਸਾਈਨ ਕਰਦੇ ਸਾਈਨ ਕਰਕੇ ਬਸ ਘਰੇ ਆ ਗਿਆ ਰੋਂਦਾ ਹੀ ਘਰੇ ਫੇਰ ਆ ਗਿਆ ਇੰਨਾ ਦਿਮਾਗ ਤੇ ਉਹਦਾ ਪ੍ਰੈਸ਼ਰ ਪਿਆ ਸੀ ਉਹਨੇ ਕਿਹਾ ਮੰਮੀ ਮੈਂ ਇੱਥੋਂ ਮੋਟਰਸਾਈਕਲ ਤੇ ਤੁਰਦਾ ਮੈਂ ਆਫਿਸ ਦੇ ਵਿੱਚ ਪਹੁੰਚ ਜਾਣਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਸ ਤਰ੍ਹਾਂ ਪਹੁੰਚ ਜਾਣਾ ਬਸ ਸਟੇਰ ਵੀ ਪਾਉਣ ਲੱਗਾ ਮੈਂ ਜ਼ਿੰਦਗੀ ਤੋਂ ਅੱਕ ਗਿਆ ਮੈਂ ਜ਼ਿੰਦਗੀ ਤੋਂ ਅੱਕ ਗਿਆ ਬਸ ਆਹੀ ਗੱਲਾਂ ਕਰਦਾ ਰਿਹਾ ਦੇਖ ਲਓ 12 ਨਵੰਬਰ ਨੂੰ ਉਹਨੂੰ ਪੂਰਾ ਪਤਾ ਲੱਗ ਗਿਆ ਵੀ ਹੁਣ ਮੇਰੀ ਬੱਚੀ ਮੇਰਣੀ ਨਹੀਂ ਮੈਨੂੰ ਇਹੀ ਕਹਿੰਦਾ ਰਿਹਾ ਮੰਮੀ ਉਹਨਾਂ ਨੇ ਮੇਰੀ ਕੁੜੀ ਸਾਂਭਣੀ ਨਹੀਂਗੀ ਮੇਰੀ ਕੁੜੀ ਰੋਲ ਦੇਣੀ ਆ ਮੰਮੀ ਮੇਰੀ ਕੁੜੀ ਸਾਂਭਣੀ ਨਹੀਂ ਉਹਨਾਂ ਨੇ ਰੋਲ ਦੇ Đੀਆਂ ਮੈਂ ਉਹਨੂੰ ਬਹੁਤ ਸਮਝਾਇਆ ਬੱਚੇ ਨੂੰ ਮੈਂ ਕਾ ਪੁੱਤ ਕੋਈ ਗੱਲ ਨਹੀਂ ਜਾਂ ਮਾਂ ਦਾ ਪਿਆਰ ਮਿਲਣਾ ਜਾਂ ਪਿਓ ਦਾ ਮਿਲਣਾ ਚ ਉਹ ਮਾਂ ਦਾ ਮਿਲ ਲੈਣ ਦੇ ਕੋਈ ਗੱਲ ਨਹੀਂ ਗਈ ਪਰ ਬੱਚੇ ਨੇ ਬਹੁਤ ਦਿਲ ਤੇ ਲਾਈ ਆ ਉਹੀ ਬੱਚਾ ਮਨ ਦੇ ਵਿੱਚ ਕਰਕੇ ਉਸ ਸੈੱਡ ਕਰ ਗਿਆ ਬੱਚੀ ਦੇ ਦੁੱਖ ਜਦੋਂ ਉਹਦਾ ਵਿਆਹ ਕਰਾਇਆ ਵੈਸੇ ਅਸੀਂ ਵਿਆਹ ਦੀਆਂ ਫੋਟੋਆਂ ਲੈ ਐ ਸੀ ਕਹਿੰਦੇ ਸੀ ਵੀ ਚਲੋ ਇਹ ਆਪ ਦਾ ਜੀ ਲੈਵੇ ਤੇ ਚੱਲ ਸਾਡਾ ਬੱਚਾ ਸਾਡੇ ਕੋਲੇ ਆ ਸਾਡੀ ਕੁੜੀ ਸਾਡੇ ਕੋਲੇ ਆ ਠੀਕ ਹੈ ਬਸ ਉਹ ਕੁੜੀ ਦੀ ਖਾਤਰ ਹੀ ਜ਼ਿੰਦਗੀ ਰੋਲ ਗਿਆ ਇੱਕ ਬਾਪ ਦੇ ਲਈ ਮਤਲਬ ਕਹਿੰਦੇ ਆ ਜਿਵੇਂ ਸਿਆਣੇ ਵੀ ਕਹਿੰਦੇ ਨੇ ਸਭ ਤੋਂ ਵੱਡਾ ਬੋਝ ਹੁੰਦਾ ਕਿ ਆਪਣੇ ਜਵਾਨ ਪੁੱਤ ਦੀ ਅਰਥੀ ਚੱਕਣਾ ਤੁਹਾਨੂੰ ਇਸ ਘਟਨਾ ਬਾਰੇ ਕਿਵੇਂ ਪਤਾ ਲੱਗਿਆ ਕਿ ਪਹਿਲਾਂ ਕੋਈ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਜਤਿੰਦਰ ਇਸ ਤਰ੍ਹਾਂ ਦਾ ਕੋਈ ਸਟੈਪ ਚੱਕ ਸਕਦਾ ਆਤਮ ਹੱਤਿਆ ਦਾ ਕੋਈ ਇੱਕ ਦੋ ਦਿਨਾਂ ਤੋਂ ਕੁਝ ਇਸ ਤਰ੍ਹਾਂ ਦਾ ਘਟਿਆ ਹੋਵੇ ਜਾਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਮਤਲਬ ਕਿੱਥੇ ਉਹਨੇ ਸੁਸਾਈਡ ਕਿੱਥੇ ਕੀਤਾ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਇੱਥੋਂ ਘਰੋਂ ਨਾ ਸਵੇਰੇ ਮੈਂ ਚਾਹ ਬਣਾ ਕੇ ਪੀਤੀ ਇਹ ਕਿ ਮੈਂ ਬਾਹਰ ਨਾਲ ਲਸਣ ਜਾ ਘਾ ਪਟਣ ਲੱਗ ਗਿਆ ਆਇਆ ਉੱਠ ਕੇ ਤਿਆਰ ਹੋ ਕੇ ਮੈਨੂੰ ਬਾਹੋਂ ਵੜ ਕੇ ਚਿਲੇ ਆਇਆ ਕਹਿੰਦਾ ਡੈਡੀ ਆਜਦਰ ਨੂੰ ਠੰਡ ਆ ਉਹਨੇ ਕਾਫੀ ਬਣਾ ਕੇ ਮੈਨੂੰ ਪਿਆਈ ਆਪ ਪੀਤੀ ਚਲਾ ਗਿਆ ਬੜਾ ਖੁਸ਼ ਗਿਆ ਮੇਰੇ ਕੋਲ ਤੇ 4 ਵਜੇ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਤੇਰੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਅੱਛਾ ਦੋ ਗੱਲਾਂ ਕੀਤੀਆਂ ਫੋਨ ਕੱਟਤਾ ਉਹਨੇ ਇਹ 4:30 ਵਜੇ ਫੋਨ ਆਇਆ ਵੀ ਮੈਂ ਦਵਾਈ ਖਾ ਲਈ ਆ ਅੱਛਾ ਮੈਂ ਬੜਾ ਫੜ ਗਿਆ ਜਤੋਂ ਬੰਦੇ ਨਾਲ ਲੈ ਕੇ ਭੱਜਿਆ ਮੈਂ ਕਿਹ ਚੈਤ ਮੈਂ 50 ਸਗਾ ਉਸੇ ਬੱਚੇ ਨੂੰ ਭੱਜਨੇ ਮੇਰੇ ਆਤਰੀਆ ਕਿਹੜੀ ਜਗ੍ਹਾ ਸੀ ਮਤਲਬ ਕਿੱਥੇ ਫਲੋਰਜੀ ਫਲੋਰ ਚਰਚ ਦੇ ਕੋਲੇ ਉੱਥੋਂ ਹੀ ਲਗਾਏ ਰੋੜੇ ਦੇ ਤੇ ਰੋੜੇ ਤੋਂ ਬਾਅਦ ਉਹ ਕਹਿੰਦਾ ਵੀ ਧਿਆਨ ਆਨੰਦ ਲੈ ਜਾਓ ਧਿਆਨ ਆਨੰਦ ਲੈ ਕੇ ਤੇ ਜਾਂਦਾ ਜੀ ਉੱਥੇ ਪਹੁੰਚ ਹੋ ਗਏ ਦੋਸਤੋ ਇੱਕ ਪਿਤਾ ਦਾ ਇੱਕ ਮਾਤਾ ਦਾ ਦਰਦ ਤੁਸੀਂ ਸਮਝ ਹੀ ਸਕਦੇ ਹੋ ਜਿਨ੍ਹਾਂ ਦੇ ਬੁਢਾਪੇ ਦਾ ਸਹਾਰਾ ਉਸ ਡੈਨ ਨੇ ਕਹਾਗੇ ਜਿਨ੍ਹਾਂ ਨੇ ਇਹਨਾਂ ਤੋਂ ਖੋਹ ਲਿਆ ਤੇ ਇੱਕ ਭੈਣ ਭਰਾ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ ਕਿਉਂਕਿ ਜਿਹੜੀ ਗੱਲ ਕਈ ਵਾਰ ਆਪਣੇ ਮਾਤਾ ਪਿਤਾ ਤੋਂ ਦੱਸਦੇ ਨਹੀਂ ਕਰ ਪਾਉਂਦੇ ਜਾਂ ਕੋਈ ਇਸ ਤਰ੍ਹਾਂ ਦਾ ਗੈਪ ਹੁੰਦਾ ਏਜ ਗੈਪ ਹੈ ਕਈ ਵਾਰ ਭੈਣਾਂ ਦੇ ਨਾਲ ਭਰਾ ਗੱਲ ਸਾਂਝੀ ਕਰ ਲੈਂਦੇ ਨੇ ਕੀ ਕਦੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਨੇ ਕਦੇ ਕੋਈ ਐਦਾਂ ਦੀ ਗੱਲਬਾਤ ਸਾਂਝੀ ਕੀਤੀ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਉਹਨੇ ਕਦੇ ਕੀਤੀ ਤੁਹਾਡੇ ਨਾਲ ਆਮ ਤੌਰ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਇੱਕ ਦਿਨ ਪਹਿਲਾਂ ਵਧੀਆ ਗੱਲ ਹੋਈ ਔ ਕੋਈ ਇਹੋ ਜੀ ਗੱਲ ਨਹੀਂ ਸੀਗੀ ਵੀ ਉਹ ਇਹੋ ਜਿਹਾ ਕੁਝ ਕਰ ਲੂਗਾ ਜਾਂ ਬਿਲਕੁਲ ਨਹੀਂ ਇੱਕ ਜੀਜੀ ਆਈ ਦਾ ਵੀ ਕਹਿੰਦੇ ਦੋਸਤਾਂ ਨੂੰ ਕਿਉਂਕਿ ਤੁਸੀਂ ਹਮ ਉਮਰ ਵੀ ਲੱਗਦੇ ਹੋ ਜਤਿੰਦਰ ਤੇ ਹਨਾ ਤੇ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ ਵਧੀਆ ਸੀ ਬਿਲਕੁਲ ਬੋਲ ਚੱਲ ਆਪਣਾ ਠੀਕ ਹੈ ਬਿਲਕੁਲ ਇੱਕ ਦੋਸਤੀ ਹਾਂਜੀ 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 ਕਦੇ ਕੋਈ ਗੱਲਬਾਤ ਇਦਾਂ ਦੀ ਸਾਂਝੀ ਕੀਤੀ ਹੋਵੇ ਕੋਈ ਆਪਣੇ ਮਨ ਦਾ ਭਾਰ ਕਦੇ ਨਾਲ ਨਾ ਮੇਰੇ ਮੇਰੇ ਨਾਲ ਕੋਈ ਅਜਿਹੀ ਗੱਲ ਨਹੀਂ ਕੀਤੀ ਮਤਾਈ ਤੋਂ ਅਡੇ ਨਾਲ ਕਦੇ ਕੋਈ ਐਦਾਂ ਜਿਵੇਂ ਕਹਿੰਦੇ ਮਾਵਾ ਦੇ ਨਾਲ ਹਨਾ ਬੱਚੇ ਆਪਣੇ ਜੋ ਮਨ ਤੇ ਭਾਰ ਹੁੰਦਾ ਸਾਂਝਾ ਕਰਦੇ ਕਦੇ ਗੱਲਬਾਤ ਕਰਦਾ ਹੋਵੇ ਜਿਹੜੀ ਇਹ ਅਣਹੋਣੀ ਘਟੀ ਹੈ ਇਹ ਤੋਂ 2-4 ਦਿਨ ਪਹਿਲਾਂ ਜਾਂ ਹਫਤਾ ਪਹਿਲਾਂ ਕਦੇ ਕੋਈ ਐਦਾਂ ਦੀ ਗੱਲਬਾਤ ਤੁਹਾਨੂੰ ਲੱਗਿਆ ਕਿਉਂਕਿ ਮਾਵਾ ਨਾ ਬੱਚਿਆਂ ਦਾ ਆਪਣੇ ਦਾ ਬਿਨਾ ਕਹੇ ਸਮਝ ਜਾਂਦੀਆਂ ਨੇ ਵੀ ਉਹਦੇ ਮਨ ਦੇ ਅੰਦਰ ਕੀ ਸਮਝੀ ਵੀ ਸੀਗੀ ਉਹਦੇ ਵੀ ਇਹਦੀ ਜਿੰਦ ਜਾਨ ਆ ਬੱਚੀ ਦੀ ਬਹੁਤ ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤ ਤੇਰੀ ਪਰ ਆਲੀ ਨੇ ਇੱਕ ਨਾ ਤੈਨੂੰ ਉਹ ਕੁੜੀ ਨੂੰ ਤਾਂ ਹੀ ਵਿਛੋੜਾ ਪਾਇਆ ਵੀ ਤੈਨੂੰ ਉਹ ਸਿੱਟਣਾ ਚਾਹੁੰਦੀ ਹੁੰਨੇ ਤੈਨੂੰ ਕੁਛ ਨਾ ਕੁਛ ਕਰਵਾਉਣਾ ਹੈ ਜਿਸ ਕਰਕੇ ਬੱਚੀ ਲੈ ਕੇ ਗਈ ਉਹਨੂੰ ਵੀ ਪਤਾ ਸੀ ਵੀ ਇਹ ਬੱਚੀ ਦੇ ਨਾਲ ਬਹੁਤ ਪਿਆਰ ਕਰਦਾ ਹੈ ਵੀ ਤੈਨੂੰ ਤਾਂ ਲੈ ਕੇ ਗਈ ਆ ਮੈਂ ਬਹੁਤ ਸਮਝਾਈ ਉਸ ਦਿਨ ਵੀ ਮੈਂ ਉਹਨੂੰ ਬਹੁਤ ਸਮਝਾਇਆ ਸੀਗਾ ਜਿਸ ਦਿਨ ਉਹ ਇਹ ਕੰਮ ਕਰ ਰਿਹਾ ਮੈਨੂੰ ਕਹਿੰਦਾ ਸੀਗਾ ਵੀ ਮੈਂ ਅਹਿਮਦਗੜ੍ਹ ਹੈ ਅਹਿਮਦਗੜ ਮੇਰੇ ਸਰ ਨੇ ਭੇਜਿਆ ਮੈਂ ਉਥੇ ਫੋਨ ਕਾਲ ਕਰਾਉਣੀ ਹੈ ਮੈਂ ਕਿਸਤ ਲੈਣ ਚੱਲਿਆ ਅਹਿਮਦਗੜ ਹੀ ਮੈਨੂੰ ਕਹਿ ਰਿਹਾ ਮੈਂ ਮੈਂ ਅਹਿਮਦਗੜ ਆ ਬਸ ਅਹਿਮਦਗੜ ਜਾਣਾ ਹੈ ਇਹੀ ਗੱਲ ਮੈਨੂੰ ਤਾਂ ਉਹਨੇ ਕਹੀ ਆ ਵੈਸੇ ਕਹਿ ਰਿਹਾ ਸੀਗਾ ਕਹਿੰਦਾ ਮੈਂ ਜ਼ਿੰਦਗੀ ਤੋਂ ਮੰਮੀ ਬਹੁਤ ਅੱਕ ਗਿਆ ਮੈਂ ਉਹਨੂੰ ਬਹੁਤ ਸਮਝਾਇਆ ਬਹੁਤ ਜ਼ਿਆਦਾ ਵੀ ਸਮਝਾਇਆ ਵੀ ਪੁੱਤ ਜ਼ਿੰਦਗੀ ਮਸਾ ਮਿਲਦੀ ਆ ਤੂੰ ਇਸ ਤਰ੍ਹਾਂ ਨਾ ਕਰ ਪਰ ਉਹ ਸਮਝਿਆ ਹੀ ਨਹੀਂ ਆਪਦੇ ਭਾਂਜੇ ਨੂੰ ਵੀ ਕਹਿ ਰਿਹਾ ਸੀਗਾ ਮੈਂ ਕਹਿੰਦਾ ਵੀ ਜੇ ਮੇਰਾ ਭਾਂਜਾ ਇੱਥੇ ਪੜਨ ਲੱਗ ਜਾ ਮੈਂ ਫੇਰ ਨਹੀਂ ਕੁਛ ਕਰਦਾ ਮੈਂ ਕਿਹਾ ਠੀਕ ਆਪਾਂ ਉਹਨੂੰ ਇੱਥੇ ਲਾ ਲਾਂਗੇ ਪੜਨ ਚੱਲ ਤੇਰਾ ਦਿਲ ਲੱਗਾਰੂ ਫੇਰ ਹੀ ਤੁਸੀਂ ਸਮਝ ਜਿਏਗਾ ਪਰ ਉਹ ਬਿਲਕੁਲ ਉਹ ਅੰਦਰ ਲੀਆਂ ਅੰਦਰ ਹੀ ਘੁੱਟ ਗਿਆ ਉਹਨੇ ਅੰਦਰਲੀ ਗੱਲ ਦੱਸਗੋਈ ਨਹੀਂ ਜਿਵੇਂ ਤੁਹਾਡੀ ਨੂੰਹ ਦੇ ਨਾਲ ਕਿਹੜੇ ਸਾਲ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਸੀ 2016 ਦੇ ਵਿੱਚ ਵਿਆਹ ਹੋਇਆ ਤੁਹਾਡੇ ਬੇਟੇ ਦਾ ਤੇ ਉਸ ਤੋਂ ਛੋਟਾ ਬੇਟਾ ਤੁਹਾਡਾ ਸ਼ਾਇਦ ਇੰਗਲੈਂਡ ਦੇ ਵਿੱਚ ਹੈ ਹਨਾ ਵੱਡਾ ਵੱਡਾ ਉਹਦੇ ਨਾਲ ਉਹ ਵੀ ਮੈਰਿਡ ਹਾਂਜੀ ਠੀਕ ਹੈ ਉਹਦੇ ਮਤਲਬ ਫੈਮਲੀ ਕਿਤੇ ਰਹਿੰਦੀ ਹੈ ਉਹਦੀ ਫੈਮਲੀ ਨਾਲ ਹੀ ਆਉਂਦੇ ਅੱਛਾ ਉਧਰ ਹੀ ਨੇ ਸਾਰੇ ਸਾਰੇ ਵਿਆਹ ਕਰਾਇਆ ਠੀਕ ਤੇ ਮਤਲਬ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸੀਗੇ 2016 ਦੇ ਵਿੱਚ ਵਿਆਹ ਹੋਇਆ ਇੱਕ ਤਾਂ ਹੁੰਦਾ ਵੀ ਪਰਿਵਾਰ ਨੇ ਤੁਸੀਂ ਰਿਸ਼ਤਾ ਲੱਭਿਆ ਸੀ ਜਾਂ ਫਿਰ ਕੋਈ ਲਵ ਮੈਰਿਜ ਸੀ ਕਿਦਾਂ ਨਹੀਂ ਰਿਸ਼ਤਾ ਤਾਂ ਉਹਦੇ ਕਿ ਨਾ ਪਿਛਲੇ ਪਾਸੇ ਪਹਿਲਾਂ ਮੁੰਡਿਆਂ ਨਾਲ ਵੀ ਕੰਮ ਕਰਦਾ ਹੁੰਦਾ ਸੀਗਾ ਨਾਨਕੇ ਸੀਗੇ ਉਹਦੇ ਉਹਨਾਂ ਦੀ ਭੂਆ ਦੀ ਕੁੜੀ ਸੀਗੀ ਤੇ ਕਾਫੀ ਸਾਡਾ ਜਾਣਾ ਆਉਣਾ ਮੁੰਡਿਆਂ ਦਾ ਹੀ ਸੀਗਾ ਲੇਕਿਨ ਮੇਰਾ ਨਹੀਂ ਸੀਗਾ ਤੇ ਉਹ ਮੁੰਡਾ ਸਾਡੇ ਘਰੇ ਆਇਆ ਕਹਿੰਦਾ ਵੀ ਮੇਰੀ ਭੂਆ ਜੀ ਆਈ ਹੈ ਮੈਂ ਉਸ ਉਹਨਾਂ ਦੀ ਕੁੜੀ ਦਾ ਰਿਸ਼ਤਾ ਕਰਨਾ ਹੈ ਆਂਟੀ ਤੁਸੀਂ ਉਧਰ ਆ ਜਾਓ ਅਸੀਂ ਮਾਂ ਪੁੱਤ ਹੀ ਚਲੇ ਗਏ ਮੈਂ ਉਹਨਾਂ ਨੂੰ ਕਿਹਾ ਵੀ ਵੀ ਨਾ ਕੁੜੀ ਪਰੋਣਾ ਨਾ ਉਹਦਾ ਡੈਡੀ ਸੀਗਾ ਕਹਿੰਦੇ ਕੋਈ ਗੱਲ ਨਹੀਂ ਉਹ ਜਿਹੜੀ ਉਹਨਾਂ ਦੀ ਮਾਮੀ ਸੀਗੀ ਉਹਨੂੰ ਬਾਬਾ ਮੰਨਦੇ ਸੀਗੇ ਉਹਨੇ ਬਸ ਇੰਨੀ ਗੱਲ ਹੀ ਕਹੀ ਹੈ ਮੁੰਡਾ ਤੈਨੂੰ ਬਲਦੇਵ ਸਿੰਘੋਂ ਪਸੰਦ ਹੈ ਕਹਿੰਦਾ ਹਾਂ ਪਸੰਦ ਹੈ ਬਾਬਿਓ ਉੱਥੇ ਹੀ ਉਹਨਾਂ ਨੇ ਸਗਨ ਪਾਤਾ ਅੱਛਾ ਤੇ ਉਹ ਤੋਂ ਬਾਅਦ ਉਹ ਵਕਾਲਤ ਪਹਿਲਾਂ ਕਰ ਰਹੀ ਸੀ ਕਿ ਇੱਥੇ ਹਾਂ ਜੀ ਵਕਾਲਤ ਕਰ ਰਹੀ ਸੀ ਬਸ ਹੋ ਗਿਆ ਸੀ ਥੋੜਾ ਜਿਵੇਂ 2-4 ਮਹੀਨੇ ਹੁੰਦੇ ਆ ਬਾਕੀ ਤੁਸੀਂ ਖਰਚਾ ਸਾਰਾ ਤੁਸੀਂ ਕੀਤਾ ਹਾਂ ਜੀ 3 ਸਾਲ ਦੀ ਵਕਾਲਤ ਹੋਈ ਹੈ ਉਹਨੂੰ ਲਾਇਸੈਂਸ ਉੱਥੋਂ ਮਿਲਿਆ ਜਾ ਕੇ ਉਹ ਵੀ ਸਾਰਾ ਕੁਝ ਇੱਥੇ ਹੀ ਹੋਇਆ ਲਾਇਸੈਂਸ ਮਿਲੇ ਤੋਂ ਬਾਅਦ ਦੇ ਵਿੱਚ ਵੀ ਉਹਨੇ ਫਿਰ ਕੋਰਸ ਕਰਨ ਲੱਗੇ 6 ਮਹੀਨੇ ਉੱਥੇ ਕਹਿੰਦੀ ਮੈਂ ਜੱਜ ਦਾ ਕੋਰਸ ਕਰਨਾ ਹੈ ਸਵੇਰ 7 ਵਜੇ ਚਲੀ ਜਾਂਦੀ 7 ਵਜੇ ਆਉਂਦੀ ਸੀ ਸਾਰਾ ਕੰਮ ਵੀ ਕਰਨਾ ਬੱਚੀ ਵੀ ਸੰਭਣੀ ਸਾਰਾ ਮੇਰੇ ਮੈਂ ਹੀ ਸੰਭਾਲਦੀ ਰਹੀ ਆ ਕੋਈ ਵੀ ਨਹੀਂ ਸੀ ਉਹਨੂੰ ਕੁਝ ਕਹਿੰਦਾ ਇੰਨੇ ਡਰਦੇ ਸੀਗੇ ਉਹ ਤੋਂ ਤੁਹਾਡੇ ਨਾਲ ਕਿਦਾਂ ਦੇ ਰਿਲੇਸ਼ਨ ਸੀਗੇ ਤੁਹਾਡੇ ਨੂੰ ਦੇ ਦੇਖੋ ਜੀ ਬਰਦਾਉ ਤਾਂ ਮੇਰੇ ਨਾਲ ਇਹੋ ਜਿਹਾ ਸੀਗਾ ਤੇ ਮੇਰੇ ਗੋਡੇ ਦਰਦ ਕਰਦੇ ਕੰਮ ਮੈਥੋਂ ਹੁੰਦਾ ਨਹੀਂ ਸੀ ਹੁਣ ਵੀ ਮਸਾਂ ਨਹੀਂ ਤੁਰਦਾ ਮੈਂ ਅਸੀਂ ਦੇਖਿਆਗਾ ਹੁਣ ਵੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਲੱਤ ਦੇ ਵਿੱਚ ਪ੍ਰੋਬਲਮਾਂ ਤੁਰਨ ਦੇ ਵਿੱਚ ਵੀ ਕਾਫੀ ਮੁਸ਼ਕਲ ਦੇ ਨਾਲ ਤੁਰ ਰਹੇ ਸੀਗੇ ਤੇ ਉਹ ਉਹ ਇਹ ਗੱਲ ਕਹਿੰਦੀ ਸੀ ਮੇਰਾ ਡੈਡੀ ਕੰਮ ਕਰਦਾ 60 ਸਾਲ ਦੀ ਉਮਰ ਆ ਇਹਦੀ 60 ਸਾਲ ਦੀ ਹੈ ਕਿਉਂ ਨਹੀਂ ਕੰਮ ਕਰਦਾ ਅੱਛਾ ਇਹ ਜੀਆਂ ਗੱਲਾਂ ਕਰਦੀ ਸੀ ਮੈਂ ਤੁਹਾਨੂੰ ਬੁਲਾ ਕਿ ਨਹੀਂ ਰਾਜੀ ਅੱਛਾ ਮਤਲਬ ਇਹ ਸ਼ੁਰੂਆਤ ਤੋਂ ਜਦੋਂ ਵਿਆਹ ਕੇ ਘਰੇ ਆਉਂਦੀ ਥੋੜੇ ਦਿਨ ਬਾਅਦ ਹੀ ਲੱਗੀ ਜੀ ਇਹਦਾ ਕੋ ਕਰਨਾ ਅੱਛਾ ਜੀ ਹਾਂਜੀ ਫਿਰ ਕਦੇ ਉਹਦੇ ਮਾਤਾ ਪਿਤਾ ਨਾਲ ਕੋਈ ਗੱਲਬਾਤ ਕੀਤੀ ਹੋਵੇ ਦੀ ਸ਼ਿਕਾਇਤ ਕੀਤੀ ਹੋਵੇ ਤੁਸੀਂ ਸਮਝਾਓ ਆ ਕਿ ਆਪਣੀ ਕੁੜੀ ਨੂੰ ਕੀ ਆ ਜੀ ਉਹ ਆਪਦੀਆਂ ਜਿਹੋ ਦੇ ਹੋਈ ਨਹੀਂ ਸਕਦਾ ਕਹਿੰਦੇ ਅੱਛਾ ਮਤਲਬ ਇੱਕ ਤਰੀਕੇ ਨਾਲ ਕਹਿ ਸਕਦੇ ਆ ਜਿਵੇਂ ਵੀ ਸ਼ਹਿਦ ਹੁੰਦੇ ਸੀ ਅੱਛਾ ਹੀ ਹੁੰਦੇ ਸੀ ਸ਼ਹਿਦ ਹੁੰਦੇ ਸੀ ਮਾਂ ਦੀਂਦੀ ਸੀ ਅੱਛਾ ਜੀ ਪੈਣ ਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਜਿਵੇਂ ਹੁਣ ਗੱਲ ਇੱਕ ਸਾਹਮਣੇ ਆ ਰਹੀ ਹੈ ਕਿ ਤੁਹਾਡੀ ਜੋ ਭਾਬੀ ਸੀ ਉਹਨੇ ਦੂਜੀ ਜਗ੍ਹਾ ਤੇ ਵੀ ਵਿਆਹ ਕਰਵਾ ਲਿਆ ਸੀ ਕਦੇ ਤੁਹਾਡੇ ਭਰਾ ਨੇ ਤੁਹਾਡੇ ਕੋਲ ਗੱਲਬਾਤ ਕੀਤੀ ਸੀ ਇਹ ਦੱਸੀ ਹਾਂਜੀ ਇਹ ਤਾਂ ਦੱਸਿਆ ਸੀਗਾ ਵੀ ਉਹਨਾਂ ਨੇ ਦੂਜੀ ਜਗ੍ਹਾ ਵਿਆਹ ਕਰਵਾ ਲਿਆ अच्छा हां जी ਇਹ ਤਾਂ ਗੱਲ ਸ਼ੇਅਰ ਕੀਤੀ ਸੀ ਪਹਿਲਾਂ ਕਹਿੰਦੇ ਸੀ ਕਹਿੰਦੇ ਵੀ ਉਹ ਜਿਹੜੀਆਂ ਫੋਟੋਆਂ ਵਗੈਰਾ ਸਾਰੀਆਂ ਵੀ মিডিਆ 'ਚ ਲੈ ਕੇ ਜਾਣੀਆਂ ਵੀ ਸਾਰਿਆਂ ਨੂੰ ਸ਼ੋਅ ਕਰਵਾਣੀਆਂ ਉਹ ਡਿਵੋਰਸ ਤੋਂ ਪਹਿਲਾਂ ਹੀ ਇਹਨਾਂ ਨੇ ਮੈਰਿਜ ਕਰਵਾ ਲਈ। ਅਬੀ ਉਹ ਵੀ ਇੱਕ ਵਕੀਲ ਜਿਹਨੂੰ ਕਾਨੂੰਨ ਦੀ ਸਾਰੀ ਨੌਲੇਜ ਹੁੰਦੀ ਆ ਨਾ ਆਮ ਆਮ ਬੰਦੇ ਦਾ ਆਪਾਂ ਕਹਿ ਸਕਦੇ ਆ ਆਮ ਵੀ ਬੰਦਾ ਇਹ ਮਤਲਬ ਇਦਾਂ ਦਾ ਗੁਨਾਹ ਕਰਨ ਲੱਗੇ 100 ਵਾਰ ਸੋਚਦਾ ਵੀ ਪਹਿਲੇ ਵਿਆਹ ਤੋਂ ਡਿਵੋਰਸ ਨਹੀਂ ਹੋਇਆ ਮੈਂ ਦੂਜਾ ਵਿਆਹ ਕਰਾ ਰਿਹਾ ਹਾਂ ਕਾਨੂੰਨ ਦੇ ਪ੍ਰਾਵਧਾਨ ਦੇ ਵਿੱਚ ਇੱਕ ਵੱਡੀ ਸਜ਼ਾ ਹੈ ਦੀ ਫਿਰ ਵੀ ਉਹ ਤਾਂ ਵਕੀਲ ਸੀ ਜਿਹਨੂੰ ਕਾਨੂੰਨਾਂ ਦੀ ਜਿਹਨੇ ਕਾਨੂੰਨ ਦੀਆਂ ਕਿਤਾਬਾਂ ਪੜੀਆਂ ਸੀ ਉਹਨੇ ਵੀ ਇਸ ਤਰ੍ਹਾਂ ਦਾ ਗੁਨਾਹ ਕੀਤਾ ਹਾਂਜੀ ਹਾਂਜੀ ਫਿਰ ਉਹਨੂੰ ਪਤਾ ਨਹੀਂ ਕੀ ਇੱਕਦਮ ਹੋ ਗਿਆ ਕਿ ਉਹਨੇ ਬੱਸ ਕਹਿੰਦਾ ਰਹਿਣ ਦੋ ਛੱਡੋ ਪਰਾਂ ਕੋਈ ਗੱਲ ਨਹੀਂ ਕਹਿੰਦਾ ਕਰਾ ਲਿਆ ਤਾਂ ਬੱਸ ਕਰਾ ਲਿਆ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਸੂਤਰਾਂ ਤੋਂ ਇਹ ਕਿ ਜੇਲ੍ਹ ਵਗੈਰਾ ਚ ਜਿਹੜੇ ਗੈਂਗਸਟਰ ਨੇ ਉਹਨਾਂ ਤੋਂ ਵੀ ਤੁਹਾਡੇ ਪਰਾਂ ਨੂੰ ਧਮਕੀਆਂ ਦਵਾਈਆਂ ਜਾਂਦੀਆਂ ਸੀ ਕਿ ਤੁਹਾਨੂੰ ਕਦੇ ਇਦਾਂ ਦੀ ਗੱਲ ਸ਼ੇਅਰ ਕੀਤੀ ਸੀ ਤੁਹਾਡੇ ਪਰਾਂ ਨੇ ਇਹ ਮੈਨੂੰ ਕਦੇ ਗੱਲ ਸ਼ੇਅਰ ਨਹੀਂ ਕੀਤੀ ਉਹਨੇ ਤੁਸੀਂ ਬਚਪਨ ਤੋਂ ਉਹਦੇ ਨਾਲ ਰਹੇ ਹੋ ਹੁਣ ਜਿਵੇਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਸੀ ਆਪਾਂ মিডিਆ ਦੇ ਵਿੱਚ ਫੋਟੋਆਂ ਲੈ ਕੇ ਜਾ ਰਹੇ ਆਂ ਜਾਣੀਆਂ ਨੇ ਵੀ ਗੱਲ ਸਾਰੀ মিডিਆ 'ਚ ਲੈ ਕੇ ਜਾਣੀ ਆ ਉਹਦੇ ਵਿੱਚੋਂ ਤੇ ਜਦੋਂ ਉਹ ਕਹਿਣ ਲੱਗੇ ਵੀ ਛੱਡੋ ਪਰੇ ਆਪਾਂ ਕੁਝ ਨਹੀਂ ਕਰਨਾ ਉਹ ਸਮੇਂ ਦੇ ਵਿੱਚ ਵਿੱਚ ਉਹਦੇ ਜੋ ਵਿਵਹਾਰ ਸੀ ਜੋ ਵਰਤਾਓ ਸੀ ਉਹਦੇ ਵਿੱਚ ਕੋਈ ਫਰਕ ਆਇਆ ਸੀ ਦੇਖਿਆ ਸੀ ਤੁਸੀਂ ਵੀ ਜਿਵੇਂ ਇੱਕ ਡਰਜਾ ਹੁੰਦਾ ਲੱਗਦਾ ਆਪਾਂ ਨੂੰ ਹੁੰਦਾ ਡਰਿਆ ਆ ਹਾਂਜੀ ਫਰਕ ਤਾਂ ਹੈਗਾ ਸੀ ਜਿਵੇਂ ਹੁਣ 12 ਨਵੰਬਰ ਨੂੰ ਉਹਦੀ ਤਾਰੀਖ ਸੀ ਉਸ ਤੋਂ ਬਾਅਦ ਉਹਨਾਂ ਨੇ ਇੰਨਾ ਕਿਹਾ ਮੈਂ ਕਿਹਾ ਤੂੰ ਕਿਉਂ ਲਿਖ ਕੇ ਆਇਆ ਵੀ ਉਧਰ ਕੁੜੀ ਕਿਉਂ ਦੇ ਕੇ ਆਇਆ ਕਹਿੰਦਾ ਨਹੀਂ ਮਾਂ ਨੂੰ ਹੀ ਮਿਲਦੀ ਹੁੰਦੀ ਆ ਬਸ ਆਹੀ ਗੱਲ ਕਹਿੰਦਾ ਰਿਹਾ ਕਹਿੰਦਾ ਮਾਂ ਨੂੰ ਹੀ ਮਿਲਦੀ ਹੁੰਦੀ ਆ ਕੋਈ ਗੱਲ ਨਹੀਂ ਚਲ ਕੋਈ ਨਾ ਚਲੀ ਗਈ ਤਾਂ ਬਸ ਇੰਨੀ ਗੱਲ ਹੀ ਮੇਰੇ ਨਾਲ ਬਾਰ-ਬਾਰ ਕਰੀ ਗਿਆ ਬਾਕੀ ਇੱਕ ਦਿਨ ਪਹਿਲਾਂ ਮੇਰੇ ਨਾਲ ਵਧੀਆ ਗੱਲ ਕੀਤੀ ਆ ਕੋਈ ਇਹੋ ਜੀ ਗੱਲ ਨਹੀਂ ਸੀਗੀ ਲੱਗਦਾ ਸੀ ਉਹਦੀਆਂ ਗੱਲਾਂ ਤੋਂ ਵੀ ਇਹੋ ਜਿਹਾ ਕੰਮ ਕੋਈ ਕਰ ਦੂਗਾ ਬਸ ਉਸਦੇ ਨੇ ਜਿਸ ਦਿਨ ਸੁਸਾਇਡ ਕੀਤਾ ਉਸ ਦਿਨ ਹੀ ਮੇਰੇ ਨਾਲ ਗੱਲ ਕੀਤੀ ਉਹਨੇ ਕੋਈ ਵੀ ਕਿਤੇ ਨਾ ਕਿਤੇ ਕੁੜੀ ਦੇ ਵੀ ਆਈ ਸੀ ਲਿਖ ਵੀ ਆਈ ਸੀ ਅੰਦਰੋਂ ਟੁੱਟਿਆ ਵੀ ਹੋਇਆ ਸੀ ਹਾਂਜੀ ਅੰਦਰੋਂ ਤਾਂ ਟੁੱਟਿਆ ਹੀ ਸੀ ਮਾਤੇ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਕਿਉਂਕਿ ਤੁਸੀਂ ਦੱਸਿਆ ਵੀ ਜਿਹੜੀ ਤੁਹਾਡੀ ਨੂੰਹ ਸੀ ਘਰੇ ਨਹੀਂ ਰਹਿੰਦੀ ਸੀ ਆਪਣੀ ਬਕਾਲਤ ਦੀ ਪ੍ਰੈਕਟਿਸ ਦੇ ਬਹਾਨੇ ਨਾਲ ਕਹਿ ਲੋ ਕਿਸੇ ਵੀ ਬਹਾਨੇ ਨਾਲ ਹੈਨਾ ਤੁਹਾਡਾ ਬੇਟਾ ਤੁਹਾਡੇ ਕੋਲ ਰਹਿੰਦਾ ਸੀ ਪਰ ਉਹ ਕੱਲੀ ਕਿਤੇ ਬਾਹਰ ਰਹਿੰਦੀ ਸੀ ਤੁਹਾਡੇ ਕੋਲ ਕਦੋਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਦੂਜਾ ਵਿਆਹ ਕਰਵਾ ਲਿਆ ਸਾਨੂੰ ਉਹਨੇ ਇੱਕ ਨਾ ਵਿਆਹ ਤਾਂ ਪਹਿਲਾਂ ਦਾ ਹੀ ਕਰਾਇਆ ਵਿਆਹ ਸੀਗਾ ਪਰ ਸਾਡੇ ਕੋਲੇ ਸਬੂਤ ਨਹੀਂ ਸੀ ਕੋਈ ਵੀ ਉਹਨੇ ਫੋਨ ਕੀਤਾ ਬੇਟੇ ਨੂੰ ਮੇਰੇ ਨੂੰ ਕਹਿੰਦੀ ਵੀ ਮੈਂ ਨਾ ਉਧਰੋਂ ਕਿਸੇ ਨੂੰ ਬੁਲਾਉਣਾ ਨਾ ਮੈਂ ਇੱਧਰੋਂ ਉਸ ਬੁਲਾਉਣਾ ਤੇ ਮੈਂ ਤਲਾਕ ਦੇ ਕਾਗਜ਼ ਭੇਜਦੇ ਨੇ ਬਹੁਤ ਲੜੀਏ ਜੇ ਨਾ ਫੋਨ ਦੇ ਉੱਤੇ ਕਹਿੰਦਾ ਮੰਮੀ ਬਹੁਤ ਜ਼ਿਆਦਾ ਬੋਲੀ ਅੱਧਾ ਘੰਟਾ ਕਹਿੰਦੀ ਮੈਂ ਤਲਾਕ ਦੇ ਕਾਗਜ਼ ਭੇਜਦੇ ਨੇ ਉਹਦੇ ਸਾਈਨ ਕਰ ਦੇ ਨੇ ਇਹ ਨੇ ਬੇਟਾ ਮੇਰਾ ਕਹਿੰਦਾ ਵੀ ਠੀਕ ਆ ਮੈਂ ਸਾਈਨ ਕਰ ਦੂ ਬਹੁਤ ਡਰਦਾ ਸੀ ਉਹਦੇ ਕੋਲੋਂ ਬਹੁਤ ਜ਼ਿਆਦਾ ਡਰਦਾ ਸੀਗਾ ਦੇਖੋ ਬੱਚੀ ਉੱਥੇ ਸੀ ਮੈਂ ਸਾਹਮਣੇ ਵੀ ਰਹੀ ਜਦੋਂ ਉਹ ਘਰੇ ਆ ਗਈ ਕਹਿੰਨਾ ਬਾਅਦ ਦੇ ਵਿੱਚ ਪੇਪਰ ਦੇਣਾ ਸੀ ਵਿਆਹ ਸੀਗਾ ਪੇਪਰ ਦੇਤਾ ਫੇਰ ਤਾਂ ਉਹ ਜਾਂਦੀ ਨਹੀਂ ਸੀਗੀ ਉਧਰ ਉਧਰੋਂ ਬੈੱਡ ਤੇ ਬੈਠੀ ਬੱਚੀ ਨੂੰ ਇਸ ਗੇਟ 'ਚ ਨਹੀਂ ਸੀ ਲਿਆ ਸਕਦੀ ਉਹ ਉਹਦੇ ਆਰਡਰ ਤੋਂ ਬਿਨਾ ਅੱਛਾ ਜੀ ਇੰਨਾ ਕ ਬੇਟਾ ਮੇਰਾ ਡਰਦਾ ਸੀ ਉਹਦੇ ਤੋਂ ਵੀ ਇਹਨੇ ਪਤਾ ਨਹੀਂ ਕੀ ਕਰ ਲੈਣਾ ਹੁਣੇ ਮਤਲਬ ਇਹ ਆਪਾਂ ਇਹੀ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਮਾਫ ਕਰਨਾ ਇੱਥੇ ਸ਼ਬਦ ਵਰਤ ਰਿਹਾ ਮੈਂ ਇੱਕ ਚੰਗੇ ਘਰ ਦੀ ਜਿਹੜੀ ਧੀ ਹੁੰਦੀ ਆ ਸ਼ਰਮ ਕਰਦੀ ਆ ਕਿ ਜੇਕਰ ਮੈਂ ਇਸ ਤਰ੍ਹਾਂ ਦਾ ਵਰਤਾਅ ਕਰੂੰਗੀ ਤਾਂ ਮੇਰੀ ਜੋ ਫੈਮਲੀ ਆ ਉਹਦੇ ਜੋ ਸੰਸਕਾਰ ਨੇ ਉਹਨਾਂ ਤੇ ਉਂਗਲ ਉਠੂਗੀ ਕਿੰਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਉਹਨੂੰ ਕੋਈ ਸ਼ਰਮ ਮਿਹ ਲਾਜ਼ੀ ਨਹੀਂ ਸੀ ਵੀ ਕੋਈ ਬਿਲਕੁਲ ਨਹੀਂ ਸੀ ਪਹਿਲਾ ਵਿਆਹ ਨੂੰ ਹਜੇ ਵੱਧ ਤੋਂ ਵੱਧ 4 ਮਹੀਨੇ ਹੋਏ ਹੋਣਗੇ ਉਹ ਕਿਸੇ ਨਾ ਗੱਲ ਕਰ ਰਹੀ ਸੀਗੀ ਬਹੁਤ देर ਦੀ ਫੋਨ ਦੇ ਉੱਤੇ ਬੇਟਾ ਮੇਰਾ ਆਇਆ ਬੇਟਾ ਕਹਿੰਦਾ ਵੀ ਕਿਹਦੇ ਨਾਲ ਗੱਲ ਕਰ ਰਹੀ ਆਂ ਕਹਿੰਦੀ ਵੀ ਮੇਰੀ ਮਰਜ਼ੀ ਮੈਂ ਜਿਹਦੇ ਨਾਲ ਮਰਜ਼ੀ ਗੱਲ ਕਰਾਂ ਉਹ ਕਹਿੰਦਾ ਮੈਨੂੰ ਫੋਨ ਦੇ ਤੇ ਇਹਨੇ ਫੋਨ ਕੰਧ 'ਚ ਮਾਰਤਾ ਚਲਾ ਕੇ अच्छा बिल्कुल स्क्रीन तोड़ती है ओदी मतलब लगदा है ਵੀ ਕੋਈ ਆਪਣਾ ਗੁਨਾਹੇਸ਼ ਪਾ ਰਹੀ ਸੀ ਹੋ ਸਕਦਾ ਸੀ ਕੋਈ ਬੁਆਏਫਰੈਂਡ ਵਗੈਰਾ ਕੋਈ ਜਿੰਤੋਂ ਤੱਕ ਇੱਕ ਵਾਰੀ ਮੈਂ ਫੋਨ 'ਚ ਵੀ ਸੁਣਿਆ ਸੀਗਾ ਮੁੰਡੇ ਨਾਲ ਗੱਲਾਂ ਕਰਦੀ ਸੀ ਕਿ ਉਹਨੂੰ ਕਹਿੰਦੀ ਵੀ ਤੂੰ ਵਿਆਹ ਕਰਾ ਲਾ ਕਹਿੰਦਾ ਨਹੀਂ ਜਦੋਂ ਤੇਰੇ ਵਰਗੀ ਮਿਲੀ ਫੇਰ ਦੇਖੂਗਾ ਪਰ ਅਸੀਂ ਮੰਨ 'ਚ ਬਿਲਕੁਲ ਨਹੀਂ ਸੀ ਲਿਆਂਦਾ ਮੇਰੇ ਵੀ ਬੇਟੀ ਆ ਘਰ 'ਚ ਉਹ ਵੀ ਕਿਸੇ ਦੀ ਬੇਟੀ ਸੀ ਇਸ ਕਰਕੇ ਮੈਂ ਨੀ ਮੰਨ ਚ ਲਿਆਂਦਾ ਵੀ ਇਹ ਇਸ ਤਰ੍ਹਾਂ ਸਾਡੇ ਨਾਲ ਕਰ ਦੋਗੀ ਮੈਨੂੰ ਤਾਂ ਪਹਿਲਾਂ ਬੇਟੇ ਮੇਰੇ ਨੇ ਫੋਟੋ ਵੀ ਦਿਖਾਈਆਂ ਦੋ ਤਿੰਨ ਮੇਰਾ ਮਨ ਮੈਂ ਬੈਠ ਗਈ ਮੰਜੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਕਰ ਨਹੀਂ ਸਕਦੀ ਤੇ ਪਰ ਜਦੋਂ ਨੇ ਦੂਸਰੀਆਂ ਉਹ ਜਦੋਂ ਉਹਨਾਂ ਨੇ ਕਿਹਾ ਤਲਾਕ ਬਾਬਤ ਕਿ ਤੇਰੇ ਕਦੇ ਵੀ ਕਹਿ ਸਕਦੇ ਜਿਹੜਾ ਆਪਣਾ ਸਮਾਜ ਹੈ ਆਪਣਾ ਜੋ ਪਿੰਡੂ ਸਭਿਆਚਾਰ ਹੈ ਉਹਦੇ ਵਿੱਚ ਇਹ ਜਿਹਾ ਕੁਝ ਦੇਖਿਆ ਹੀ ਨਹੀਂ ਸੀ ਪਹਿਲਾਂ ਕਦੇ ਵੀ ਵਿਆਹ ਤੋਂ ਬਾਅਦ ਹਾਂਜੀ ਬਿਲਕੁਲ ਨਹੀਂ ਸੀ ਦੇਖਿਆ ਬਰਬਾਦ ਦੇ ਵਿੱਚ ਹੀ ਇਹ ਇਹਦੇ ਕੋਲ ਸਾਰਾ ਕੁਝ ਆਇਆ ਕੁਝ ਨਹੀਂ ਕਹਿ ਸਕਦੇ ਕੀ ਕਰਨਾ ਮੇਰਾ ਬੇਟਾ ਤਾਂ ਉਹ ਲੈ ਗਈ ਆ ਮੈਂ ਹੁਣ ਦੱਸੋ ਵੀ ਮੈਨੂੰ ਇਨਸਾਫ ਚਾਹੀਦਾ ਮੈਂ ਕੀ ਕਰਾਂ ਮੈਂ ਉਹਨੂੰ ਬਿਲਕੁਲ ਖੁੱਲੀ ਛੁੱਟੀ ਦੇ ਦਿੱਤੀ ਸਾਨੂੰ ਵਿਆਹ ਦਾ ਵੀ ਪਤਾ ਲੱਗਦਾ ਸੀਗਾ ਹੱਥ ਬੰਨ ਤੇ ਮੈਂ ਕਿਹਾ ਸਾਡੀ ਬੇਟੀ ਸਾਡੇ ਕੋਲੇ ਆ ਸਾਡੀ ਬੱਚੀ ਸਾਡੇ ਕੋਲੇ ਆ ਮੈਂ ਜਤਿੰਦਰ ਨੂੰ ਕਿਹਾ ਮੈਂ ਕਿਹਾ ਜਤਿੰਦਰ ਜੇ ਉਹ ਤਲਾਕ ਮੰਗਦੀ ਉਹ ਜਿੱਥੇ ਉਹ ਵਸਦੀ ਉਹਨੇ ਵਸਣਾ ਤਾਂ ਹੁਣ ਉੱਥੇ ਹੀ ਆ ਆਪਣੇ ਉਹਨੇ ਵਸਣਾ ਨਹੀਂ ਤੂੰ ਇਹਨੂੰ ਤਲਾਕ ਦੇ ਦੇ ਆਪਣੀ ਬੱਚੀ ਆਪਣੇ ਕੋਲੇ ਆ ਠੀਕ ਆ ਤਲਾਕ ਦੇ ਦੇ ਮੈਂ ਕੋਈ ਫੋਟੋ ਨਹੀਂ ਸਿਲੇ ਕੁਛ ਨਹੀਂ ਪਰ ਮੈਂ ਅੱਜਨ ਇਨਸਾਫ ਬਿਲਕੁਲ ਇਨਸਾਫ ਚਾਹੀਦਾ ਮੈਨੂੰ ਵੀ ਉਹ ਉਹ ਵੀ ਜੇਲ੍ਹ ਦੇ ਅੰਦਰ ਹੋਣੀ ਚਾਹੀਦੀ ਹੈ ਜਿਨੇ ਮੇਰੇ ਬੇਟੇ ਨੂੰ ਛੱਡ ਕੇ ਵਿਆਹ ਵੀ ਕਰਾਇਆ ਉਹਦੀ ਬੱਚੀ ਵੀ ਛੀਣ ਕੇ ਲੈ ਗਈ ਅੱਜ ਉਹਦੀ ਜਾਨ ਵੀ ਉਹਨੇ ਲੈ ਲਈ ਮੇਰੇ ਕੋਲੇ ਕੁਝ ਨਹੀਂ ਰਿਹਾਗਾ ਤਾਂ ਦੋਸਤੋ ਇੱਕ ਦੁਖੀ ਮਾਂ ਜੋ ਆਪਣੇ ਹੰਝੂਆਂ ਨਾਲ ਇਨਸਾਫ ਦੀ ਮੰਗ ਕਰ ਰਹੀ ਹੈ ਮਾਤਾ ਜੀ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਜਿਵੇਂ ਸਾਨੂੰ ਪਤਾ ਲੱਗਿਆ ਹੈਰੀ ਭਾਜੀ ਨੇ ਵੀ ਦੱਸਿਆ ਕਿ ਜਿਨ੍ਹਾਂ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਪ੍ਰੂਫ ਦਿੱਤੇ ਸੀ ਕਿ ਜਿਹੜੇ ਮੁੰਡੇ ਨਾਲ ਤੁਹਾਡੀ ਨੂੰਨੇ ਹੁਣ ਵਿਆਹ ਕਰਾਇਆ ਉਹ ਇੱਕ ਮਤਲਬ ਗੁਨਾਹਗਰ ਬਿਰਤੀ ਦਾ ਇਨਸਾਨ ਹੈ ਵੀ ਕਾਫੀ ਗੁਨਾਹ ਕਰਦਾ ਰਿਹਾ ਆਪਣੇ ਪਰਿਵਾਰ ਤੋਂ ਵੀ ਬੇਦਖਲ ਕੀਤਾ ਹੋਇਆ ਉਹ ਤੇ ਉਹਦੀਆਂ ਕੁਝ ਅਜੀਹੀਆਂ ਵੀਡੀਓਜ਼ ਵੀ ਸਾਡੇ ਸਾਹਮਣੇ ਆਈਆਂ ਨੇ ਜੇਕਰ ਮਰਿਆਦਾ ਦੇ ਵਿੱਚ ਹੋਈਆਂ ਤਾਂ ਜ਼ਰੂਰ ਦੋਸਤੋ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ ਕਿ ਉਹ ਅਜੀਹਾ ਨਸ਼ਾ ਵੀ ਉਹਨਾਂ ਵੀਡੀਓਜ਼ ਦੇ ਵਿੱਚ ਕਰ ਰਿਹਾ ਜਿਹੜਾ ਕਿ ਕਾਨੂੰਨੀ ਤੌਰ ਤੇ ਬੰਦ ਹੈ ਜੀ ਜਿਹੜੇ ਨਸ਼ੇ ਤੇ ਵੱਡੀ ਸਜ਼ਾ ਮਿਲਦੀ ਹੈ ਜੇਕਰ ਕਿਸੇ ਕੋਲ ਉਹ ਨਸ਼ਾ ਫੜਿਆ ਜਾਂਦਾ ਹੈ ਉਹ ਨਸ਼ਾ ਕਰਦਾ ਹੋਇਆ ਉਹ ਮੁੰਡਾ ਦਿਖਾਈ ਦੇ ਰਿਹਾ ਜਿਹਦੇ ਨਾਲ ਤੁਹਾਡੀ ਨੂੰਹ ਨੇ ਦੂਜਾ ਵਿਆਹ ਕਰਾਇਆ ਬਿਨਾਂ ਤੁਹਾਡੇ بیٹے ਨੂੰ ਤਲਾਕ ਦਿੱਤੇ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਆ ਕਿ ਤੁਹਾਡੇ بیٹے ਦੀ ਮੌਤ ਦਾ ਕਾਰਨ ਵੀ ਉਹੀ ਹੈ ਤੇ ਤੁਹਾਡੇ ਕੋਲ ਕਦੇ ਇਸ ਤਰ੍ਹਾਂ ਸਾਹਮਣੇ ਆ ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਹੋ ਸਕਦਾ ਹੈ ਤੁਹਾਡੀ ਨੂੰਹ ਦੇ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਲਿੰਕ ਹੋਣ ਜਿਹੜੇ ਗੈਂਗਸਟਰ ਨੇ ਠੀਕ ਹੈ ਜੀ ਜਿਹੜੇ ਬਦਮਾਸ਼ ਵਰਤੀ ਦੇ ਲੋਕ ਨੇ ਹਨ ਜਿਹੜੇ ਮਤਲਬ ਕਾਨੂੰਨ ਨੂੰ ਤੋੜਨਾ ਆਪਣੀ ਮਤਲਬ ਸ਼ਾਨ ਸਮਝਦੇ ਨੇ ਤੇ ਕਿਤੇ ਨਾ ਕਿਤੇ ਉਹਦੇ ਮੁੰਡੇ ਦੇ ਵੀ ਲਿੰਕ ਹੋ ਸਕਦੇ ਨੇ ਜਿਹਦੇ ਨਾਲ ਤੁਹਾਡੀ ਨੂੰਨੇ ਵਿਆਹ ਕਰਵਾਇਆ ਕੀ ਤੁਹਾਨੂੰ ਕਦੇ ਪਤਾ ਲੱਗਿਆ ਕਦੇ ਫੋਨ ਸੁਣਿਆ ਹੋਵੇ ਜਾਂ ਤੁਹਾਡੇ ਬੇਟੇ ਨੇ ਦੱਸਿਆ ਹੋਵੇ ਕਿ ਇਸ ਤਰ੍ਹਾਂ ਉਹਨੂੰ ਜਾਨੋਂ ਮਾਰਨ ਦੀਆਂ ਜਾਂ ਹੋਰ ਥ੍ਰੈਡ ਕਾਲਸ ਆ ਰਹੀਆਂ ਨੇ ਧਮਕੀਆਂ ਆ ਰਹੀਆਂ ਨੇ ਨੇ ਇੰਨਾ ਨਹੀਂ ਮੈਨੂੰ ਵੈਸੇ ਕਹਿ ਰਿਹਾ ਸੀਗਾ ਕਹਿੰਦਾ ਮੰਮੀ ਬਈ ਮੈਨੂੰ ਇਸ ਤਰ੍ਹਾਂ ਆਪਣੇ ਨਾਲ ਕਰਕੇ ਗਈ ਆ ਕਿ ਨਾ ਉਹਨੂੰ ਰੱਬ ਨੇ ਸਜ਼ਾ ਦੇ ਦੇਣੀ ਜਿਹੜੇ ਮੁੰਡੇ ਨੇ ਉਹਨੇ ਵਿਆਹ ਕਰਾਇਆ ਕਿ ਨਾ ਉਹ ਬਹੁਤ ਹੀ ਜ਼ਿਆਦਾ ਬਦਮਾਸ਼ ਆ ਇਸ ਤੋਂ ਸਾਨੂੰ ਹੁਣ ਲੱਗਦਾ ਹੈ ਵੀ ਬੱਚੀ ਦਾ ਤਾਂ ਉਹਨੂੰ ਜ਼ਰੂਰ ਸੀ ਗਈ ਪਰ ਉਹਨੂੰ ਉਧਰੋਂ ਕੁਛ ਨਾ ਕੁਛ ਹੋ ਰਿਹਾ ਸੀਗਾ ਜਿਹੜਾ ਕਿ ਉਹ ਤਿਆਰ ਹੁੰਦਾ ਸੀ ਇਸ ਕੰਮ ਕਰਨ ਨੂੰ ਜਿਵੇਂ ਕਿ ਉਹ ਮੀਡੀਆ 'ਚ ਕਹਿੰਦਾ ਸੀਗਾ ਵੀ ਮੈਂ ਉਹਤੇ ਪੀਟੀਸੀ ਨਿਊਜ਼ ਤੇ ਵੀ ਆ ਮੇਰੀ ਗੱਲ ਵੀ ਆ ਉਹਨਾਂ ਨਾਲ ਮੈਂ ਸਾਰੀਆਂ ਖਬਰਾਂ ਸਾਰੀਆਂ ਫੋਟੋ ਲਾਉਣੀਆਂ ਹੀ ਆ ਫਿਰ ਉਹ ਇੱਕ ਐਲਬਮ ਵੀ ਗੁੜੀਆ ਕੋਲੇ ਸੀਗੀ ਉਹ ਵੀ ਮੰਗਵਾਲੀ ਸੀ ਫਿਰ ਉਹ ਇੱਕਦਮ ਚੁੱਪ ਕਿਉਂ ਹੋ ਗਿਆ ਵੀ ਮੈਂ ਕੁਛ ਲਾਉਣਾ ਹੀ ਨਹੀਂ ਇਹ ਕਿਤੇ ਨਾ ਕਿਤੇ ਮਤਲਬ ਤੁਹਾਡਾ ਵੀ ਮੱਥਾ ਉਸ ਵੇਲੇ ਠਣਕੇ ਜਿਵੇਂ ਤੁਸੀਂ ਕਿਹਾ ਵੀ ਅਦਾਲਤ ਵਿੱਚ ਵੀ ਪਹਿਲਾਂ ਤਾਂ ਉਹ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਬੇਟੇ ਦੀ ਜਾਨ ਸੀ ਉਹਦੀ ਬੇਟੀ ਤੇ ਇੱਕਦਮ ਉਹਨੇ ਅਦਾਲਤ ਦੇ ਵਿੱਚ ਜਾ ਕੇ ਸਾਇਨ ਵੀ ਕਰ ਦਿੱਤੇ ਕਿ ਆਪਣੀ ਬੇਟੀ ਦੀ ਕਸਟਡੀ ਉਹਦੀ ਮਾਂ ਨੂੰ ਦਿੱਤੀ ਜਾਵੇ ਉਸ ਵੇਲੇ ਤੁਹਾਡਾ ਮੱਥਾ ਠਣਕੇ ਆ ਹਾਂ ਇੱਥੋਂ ਨਾ ਕਰੋ ਮੈਨੂੰ ਕਹਿ ਕੇ ਤੁਰਿਆ ਵੀ ਡੈਡੀ ਆਪਾਂ ਸਾਇਨ ਨਹੀਂ ਕੋਈ ਨਹੀਂ ਕਰਨਾ ਤੇ ਆਪਾਂ ਬੱਚੀ ਲਿਆਉਣੀ ਆ ਤੁਸੀਂ ਉਸ ਵੇਲੇ ਨਾਲ ਸੀਗੇ ਮੈਂ ਨਾਲ ਸੀਗਾ ਜੀ ਕੀ ਰਸਤੇ ਦੇ ਵਿੱਚ ਕੋਈ ਫੋਨ ਆਇਆ ਹੋਵੇ ਜਾਂ ਕਿਤੇ ਨਹੀਂ ਆਇਆ ਜੀ ਉੱਥੇ ਜਾ ਕੇ ਫੋਨ ਆਇਆ ਨਹੀਂ ਪਰੇ ਹੋ ਕੇ ਮੇਥੋਂ ਦੂਰ ਹੋ ਕੇ ਸੁਣਿਆ ਤੇ ਮੇਰੇ ਕੋਈ ਆ ਕੇ ਕਹਿੰਦਾ ਡੈਡੀ ਤੂੰ ਸਾਈਨ ਨਹੀਂ ਕਰਨੇ ਆ ਸਾਈਨ ਕਰਨੇ ਆ ਤੂੰ ਬੋਲਣਾ ਨਹੀਂ ਬਿਲਕੁਲ ਵੀ ਤੇ ਮਤਲਬ ਫੋਨ ਆਇਆ ਉਹ ਫੋਨ ਦੇ ਬਾਅਦ ਚ ਇੱਕਦਮ ਬਦਲ ਗਏ ਕਾਰ ਦੀ ਫੋਟੋਕਾਪੀ ਵੀ ਉੱਥੇ ਜਾ ਕੇ ਕਰਾ ਕੇ ਲਿਆਇਆ ਕਰਾ ਕੇ ਲਿਆ ਆ ਕੇ ਮੈਨੂੰ ਆ ਸਾਈਨ ਕਰਦੇ ਤੇ ਬੋਲਣਾ ਨਹੀਂ ਤੂੰ ਮੈਂ ਤਾਂ ਉਹਦੀ ਮੰਨਣੀ ਸੀ ਬੱਚੇ ਦੀ ਕਿ ਉਸ ਵੇਲੇ ਕਦੇ ਇਸ ਤਰ੍ਹਾਂ ਦਾ ਲੱਗਿਆ ਸੀ ਕਿਉਂਕਿ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਕਿ ਸਾਡੀ ਉਹ ਨੂੰਹ ਜਿਹਨੂੰ ਕੀ ਆਪਣੇ ਵੰਸ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਇੱਕ ਧੀ ਬਣਾ ਕੇ ਘਰੇ ਲੈ ਕੇ ਆਏ ਸੀ ਕਿ ਮੇਰੇ ਪੁੱਤ ਦੀ ਹੀ ਮੌਤ ਦਾ ਕਾਰਨ ਬਣੂਗੀ ਇੱਕ ਦਿਨ ਇਹ ਨਹੀਂ ਜੀ ਇਹ ਤਾਂ ਨਹੀਂ ਲੱਗਿਆ ਸੀਗਾ ਬਾਕੀ ਆ ਗੱਲਾਂ 'ਚ ਮੈਨੂੰ ਉਹਨਾਂ ਨੂੰ ਮੇਰਾ ਮਤਾ ਡਣ ਗਿਆ ਵੀ ਇਹ ਜਿਹੜਾ ਮੁੰਡਾ ਹੁਣ ਇੱਥੇ ਆ ਕੇ ਮੈਨੂੰ ਕਹਿ ਰਿਹਾ ਜ਼ੈਨ ਕਰਦੇ ਵੀ ਕੋਈ ਗੱਲ ਜ਼ਰੂਰ ਹੈ ਵਿੱਚ ਮੈਂ ਪੁੱਛਿਆ ਪਰ ਮੈਨੂੰ ਦੱਸਿਆ ਨਹੀਂ ਹੁਣ ਮੈਂ ਕਿਹ ਗੱਲ ਆ ਤਾਂ ਮੈਨੂੰ ਦੱਸ ਕਹਿੰਦਾ ਨਹੀਂ ਡੈਡੀ ਕੋਈ ਗੱਲ ਨਹੀਂ ਅਦਾ ਇਹ ਉਹ ਤੋਂ ਬਾਅਦ ਚ ਜਿਵੇਂ ਹੁਣ ਤੁਹਾਡੇ ਬੇਟੇ ਨੇ ਸੁਸਾਇਡ ਕਿੱਨਾ ਕਿੰਨੀ ਤਰੀਕ ਨੂੰ ਸੁਸਾਇਡ ਹੋਈ ਹੈ ਜੋ ਮਦਭਾਗੇ ਘਟਣਾ ਘਟਿਆ 13 ਤਰੀਕ ਨੂੰ ਸੈੱਟ ਕੀਤਾ ਇਹਨੇ 13 ਤਰੀਕ ਨੂੰ ਮੈਨੂੰ ਇਹਨੇ ਪਿੰਡੋਂ ਲੈਣ ਜਾਣਾ ਸੀ ਮੈਂ ਪਿੰਡ ਗਈ ਵੀ ਸੀਗੀ ਮੈਨੂੰ ਕਹ ਸੀ ਮੰਮੀ ਮੈਂ ਲੈ ਜਾਊਗਾ ਮੇਰਾ ਆਪਰੇਸ਼ਨ ਹੋਣਾ ਲੱਤ ਦਾ ਕਹਿੰਦਾ ਮੈਂ ਡਾਕਟਰ ਨੂੰ ਮਿਲ ਕੇ ਤੇ ਫਿਰ ਤੈਨੂੰ ਲੈ ਕੇ ਜਾਊਗਾ ਫਿਰ ਮੈਨੂੰ ਕਹਿੰਦਾ ਵੀ ਮੈਂ ਅਹਿਮਦ ਕਾੜਾ ਮੰਮੀ ਮੈਨੂੰ ਅੱਜ ਕੰਮ ਹੋ ਗਿਆ ਵੀ ਮੈਂ ਅੱਜ ਆ ਨਹੀਂ ਸਕਦਾ ਅੱਛਾ ਮਦ ਜਿਸ ਦਿਨ ਸੁਸਾਇਡ ਕੀਤਾ ਉਹ ਹਾਂਜੀ ਉਸੇ ਦਿਨ ਦਾ ਪਤਾ ਨਹੀਂ ਉਹਨੂੰ ਪਤਾ ਸੀਗਾ ਵੀ ਮੈਂ ਆ ਕੁਝ ਕਰਨਾ ਹੈ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਸ਼ਨੀਵਾਰ ਨੂੰ ਲੈ ਜਾਓ ਆ ਕੇ ਉਹਨਾਂ ਨੇ ਕਹਿੰਦਾ ਨਾ ਨਾ ਤੁਸੀਂ ਨਹੀਂ ਲੈ ਕੇ ਜਾਓ ਮੈਂ ਹੀ ਲੈ ਕੇ ਆਉਂ ਮੰਮੀ ਨੂੰ ਕੀ ਤੁਸੀਂ ਕੋਈ ਜਿਵੇਂ ਪੁਲਿਸ ਇਨਵੈਸਟੀਗੇਸ਼ਨ ਆ ਉਹ ਚ ਮੰਗ ਕੀਤੀ ਹੈ ਕਿ ਉਸ ਦਿਨ ਜਦੋਂ ਉਹਨੇ ਸੁਸਾਈਡ ਕੀਤਾ ਉਸ ਦਿਨ ਦੀਆਂ ਫੋਨ ਡਿਟੇਲ ਕਢਾਈ ਜਾਵੇ ਹੋ ਸਕਦਾ ਹੈ ਤੁਹਾਡੀ ਨੂੰਨ ਹੈ ਜਾਂ ਕਿਸੇ ਨੇ ਉਸ ਦਿਨ ਕੋਈ ਅਜਿਹੀ ਗੱਲ ਉਹਨੂੰ ਕਹੀ ਹੈ ਜਿਹੇ ਆ ਫੋਨ ਕੀਤਾ ਹੈ ਕਿ ਜਿਹਦੇ ਕਰਕੇ ਇੱਕਦਮ ਉਹਨੇ ਸਟੈਪ ਚੱਕਿਆ ਕਿਉਂਕਿ ਅੱppa ਕਹਿ ਸਕਦੇ ਆ ਵੈਸੇ ਬਹੁਤ ਮਦੁਪਾਗੀ ਘਟਣਾ ਇਹ ਜੀ ਕਿਸੇ ਨਾਲ ਵੀ ਨਾ ਘਟੇ ਜ਼ਿੰਦਗੀ ਦੇ ਵਿੱਚ ਤੇ ਜਦੋਂ ਉਸਨੇ ਆਪਣੀ ਬੇਟੀ ਦੀ ਕਸਟਡੀ ਦਿੱਤੀ ਦੇਖਿਆ ਜਾਵੇ ਤਾਂ ਉਸ ਦਿਨ ਵੀ ਬਹੁਤ ਵੱਡਾ ਦੁੱਖ ਸੀ ਪਰ 13 ਤਰੀਕ ਨੂੰ ਸੁਸਾਈਡ ਕਰਨਾ ਕੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਉਸ ਦਿਨ ਤੁਹਾਡੀ ਨੂੰਨ ਹੈ ਜਾਂ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਉਹਨੂੰ ਫੋਨ ਕੀਤਾ ਹੋਵੇ ਜਾਂ ਹੋ ਸਕਦਾ ਸਾਹਮਣੇ ਆ ਕੇ ਮਿਲਿਆ ਹੋਵੇ ਲੱਗਦਾ ਹੈ ਕੋਈ ਹੋ ਸਕਦਾ ਜੀ ਜਦੋਂ ਇੱਥੋਂ ਘਰੋਂ ਮੇਰੇ ਕੋਲੋਂ ਬਿਲਕੁਲ ਸਹੀ ਗਿਆ ਖੁਸ਼ ਗਿਆ ਮੇਰੇ ਕੋਲ ਪੁੱਛ ਕੇ ਗਿਆ ਡੈਡੀ ਦਵਾਈ ਦੂਈ ਤਾਂ ਨਹੀਂ ਕੋਈ ਲੈਉਣੀ ਮੈਂ ਕਹਾਂ ਨਹੀਂ ਉਹ ਦਵਾਈ ਤਾਂ ਹੈਗੀ ਆ ਮੇਰੇ ਕੋਲੇ ਤੇ 4 ਵਜੇ ਮੈਨੂੰ ਫੋਨ ਆਉਂਦਾ ਕਹਿੰਦਾ ਡੈਡੀ ਮੇਰਾ ਗੱਲ ਕਰਨ ਦਿਲ ਕਰਦਾ ਤੇ ਦੋ ਗੱਲਾਂ ਕੀਤੀਆਂ ਫੋਨ ਕੱਟਤਾ ਇਹ 4:30 ਵਜੇ ਫੋਨ ਆਇਆ ਤੇ ਕਹਿੰਦਾ ਡੈਡੀ ਮੈਂ ਦਵਾਈ ਖਾ ਲਈ ਉਹ ਤੋਂ ਬਿਨਾਂ ਕੋਈ ਹੋਰ ਗੱਲ ਹੋਈ ਹੋਰ ਕੋਈ ਗੱਲ ਨਹੀਂ ਜੀ ਕਰ ਮਹਾਰਾਜ ਜੀ ਵੀ ਕਿੱਥੇ ਰਾਜਨਾ ਮੈਂ ਲੈ ਕੇ ਗਿਆ ਦੱਸਤਾ ਹੀ ਉਹਨੇ ਕਹਿੰਦਾ ਵੀ ਕਜ਼ੈਰੀਆਂ ਕੋਲੇ ਆ ਤੇ ਜੋ ਲੈ ਕੇ ਗਿਆ ਰਾਹ ਦੇ ਵਿੱਚ ਵਸ ਲੁਧਿਆਣੇ ਨੇੜੇ ਜਾ ਕੇ ਇੱਕ ਵਾਰੀ ਡੇੜੀ ਗਿਆ ਉਹਨੇ ਮੁੜ ਕੇ ਬੋਲਿਆ ਨਹੀਂ ਪੁਲਿਸ ਜਾਂਚ ਸ਼ੁਰੂ ਹੋਈ ਹੈ ਪੁਲਿਸ ਆਈ ਹੈ ਤੁਹਾਡੇ ਬਿਆਨ ਵਗੈਰਾ ਲਿਖੇ ਨੇ ਕੋਈ ਨਹੀਂ ਕਰ ਰਹੀ ਪੁਲਿਸ ਬਿਲਕੁਲ ਨਹੀਂ ਕਰ ਰਹੀਗੀ ਰਿਪੋਰਟਾਂ ਲਿਖੀਆਂ ਸਾਰਾ ਕੁਝ ਕੀਤਾ ਨਾ ਪੁਲਿਸ ਸਾਡੇ ਘਰ ਤੱਕ ਆਈ ਹੈ ਨਾ ਪੁਲਿਸ ਉੱਥੋਂ ਤੱਕ ਗਈ ਹੈ ਦੇਖ ਲਓ ਅੱਜ ਭੋਗ ਪੈਗਾ 10 ਦਿਨ ਹੋ ਗਏ ਆ ਚਲੋ ਜੇ ਸੋਮਵਾਰ ਦਾ ਨਿਕਲ ਗਿਆ 9 ਬਾਰ ਸੋਮ ਮੰਗਲਵਾਰ ਦਾ ਸਾਰਾ ਕੁਝ ਹੋਇਆ ਪਿਆ 14 ਤਰੀਕ ਦਾ ਪਰਚਾ ਦਿੱਤਾ ਜੀ ਤੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਕੁਝ ਸਾਨੂੰ ਨਹੀਂ ਪੁੱਛਿਆ ਕੁਝ ਉਹਨਾਂ ਨੇ ਮੋਬਾਈਲ ਨਹੀਂ ਪੁੱਛਿਆ ਵੀ ਉਹਦੇ ਮੋਬਾਈਲ ਦੇ ਵਿੱਚ ਕੁਝ ਹੈਗਾ ਅਸੀਂ ਕਢਾਈਏ ਉਹਨਾਂ ਤੋਂ ਬਿਨਾਂ ਤਾਂ ਨਿਕਲਣਾ ਨਹੀਂ ਮੋਬਾਈਲ ਤੋਂ ਲੇਕਿਨ ਅਸੀਂ ਕਢਾਉਣਾ ਚਾਹੁੰਦੇ ਆ ਉਹਦੇ ਦੋਨਾਂ ਮੋਬਾਈਲਾਂ ਦੇ ਵਿੱਚ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਵੀ ਸਾਨੂੰ ਵੀ ਪਤਾ ਲੱਗੇ ਵੀ ਉਹਨੂੰ ਉਸ ਦਿਨ ਫੋਨ ਆਇਆ ਹੈ ਜਾਂ ਅੱਗੋਂ ਪਿੱਛੋਂ ਵੀ ਉਹਨੂੰ ਕੋਈ ਫੋਨ ਆਇਆ ਹੈ ਵੀ ਜਿਹੜਾ ਉਹ ਇਸ ਤਰ੍ਹਾਂ ਹੋਇਆ ਹੋਵੇ ਸੀਗਾ ਤੁਸੀਂ ਜਾ ਕੇ ਪੁਲਿਸ ਕੋਲ ਪਤਾ ਕੀਤਾ ਵੀ ਕੇਸ ਦੇ ਵਿੱਚ ਕੀ ਕਰ ਰਹੇ ਹਾਂ ਹਾਂਜੀ ਰੋਜ਼ ਪਤਾ ਕਰਦੇ ਆ ਇਹ ਜਾ ਕੇ ਰੋਜ਼ ਕਰਦੇ ਆ ਕੀ ਕੀ ਕਹਿੰਦੇ ਨੇ ਅੱਗੇ ਉਹ ਬਸ ਉਹਨਾਂ ਨੇ ਪਹਿਲਾਂ ਤਾਂ 4 ਦਿਨ ਛੁੱਟੀ ਤੇ ਚਲੇ ਗਏ ਅੱਛਾ ਜੀ ਮਤਲਬ ਜਿਹੜਾ ਤੁਹਾਡਾ ਕੇਸ ਦੇਖ ਰਿਆ ਸੀ ਉਹ ਛੁੱਟੀ ਤੇ ਚਲੇ ਗਏ ਉਹ ਛੁੱਟੀ ਤੇ ਚਲੇ ਗਏ ਸਾਨੂੰ ਪਤਾ ਲੱਗਾ ਵੀ ਉਹਨਾਂ ਨੂੰ ਚੰਗੀ ਕੋਈ ਸ਼ਿਫਾਰਿਸ਼ ਪੈ ਰਹੀ ਆ ਬਾਕੀ ਉਹਨਾਂ ਨੇ ਪੈਸਾ ਖਾਦਾ ਅੱਛਾ ਜੀ ਹਾਂਜੀ ਤੁਹਾਡੇ ਕੋਲੋਂ ਵੀ ਕੋਈ ਰਿਸਪਸ ਦੀ ਮੰਗ ਕੀਤੀ ਹੋਵੇ ਕਿਉਂਕਿ ਸਾਨੂੰ ਪਤਾ ਲੱਗਿਆ ਸੀਗਾ ਵੀ ਤੁਹਾਨੂੰ ਕਹਿ ਰਹੇ ਨੇ ਵੀ ਗੱਡੀ ਦਿਓ ਅਸੀਂ ਰੇਡ ਕਰਦੇ ਆ ਉਹਨਾਂ ਦਾ ਇਹ ਗੱਡੀ ਕਰਾ ਕੇ ਦਿਓ ਬੰਦਾ ਤੁਹਾਡਾ ਨਾਲ ਜਾਵੇ ਫਿਰ ਅਸੀਂ ਉੱਥੇ ਜਾ ਕੇ ਉਹਨਾਂ ਬੰਦਿਆਂ ਨੂੰ ਚੱਕ ਕੇ ਲਿਆਉਣਾ ਇਹ ਤੁਸੀਂ ਮੁੜ ਕੇ ਸਵਾਲ ਨਹੀਂ ਕੀਤਾ ਕਿ ਗਵਰਨਮੈਂਟ ਇੰਨੀਆਂ ਵਧੀਆ-ਵਧੀਆ ਤੁਹਾਨੂੰ ਗੱਡੀਆਂ ਅਪਗ੍ਰੇਡੇਡ ਗੱਡੀਆਂ ਮੁਹੱਈਆ ਕਰਵਾ ਰਹੀ ਹੈ ਇਸੇ ਕਾਰਨ ਕਰਕੇ ਕਿ ਕੋਈ ਅਪਰਾਧੀ ਗੁਨਾਹ ਕਰਦਾ ਹੈ ਤਾਂ ਉਹਨੂੰ ਦਬੋਚਿਆ ਜਾ ਸਕੇ ਫਿਰ ਵੀ ਇੱਕ ਪੀੜਤ ਪਰਿਵਾਰ ਜਿਨ੍ਹਾਂ ਦਾ ਜਵਾਨ ਪੁੱਤ ਬੁਢਾਪੇ ਦਾ ਸਹਾਰਾ ਚਲੇ ਗਿਆ ਉਹਨਾਂ ਨੂੰ ਕਹਿਣ ਲੱਗੇ ਵੈਸੇ ਤਾਂ ਦੋਸਤੋ ਇੱਥੇ ਤੁਸੀਂ ਵੀ ਜਾਣਦੇ ਹੋ ਕਿ ਉਹਨਾਂ ਆਪ ਉਹਨਾਂ ਖਾਕੀ ਵਰਦੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਅਜਿਹੀ ਗੱਲ ਇਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਗੱਡੀ ਕਰਾ ਕੇ ਦਿਓ ਤੇ ਉਹ ਤੋਂ ਬਾਅਦ ਤੁਸੀਂ ਕੀ ਜਵਾਬ ਦਿੱਤਾ ਕੀ ਗੱਲਬਾਤ ਉਹਨਾਂ ਨੇ ਫਿਰ ਮੋੜ ਕੇ ਕੀਤੀ ਨਹੀਂ ਉਹ ਉਹ ਕਹਿੰਦੇ ਸੀਗੇ ਮੇਰੇ ਭਰਾ ਹੀ ਸੀਗਾ ਉਹਨੇ ਲੈ ਕੇ ਜਾਣਾ ਮੈਂ ਕਿਹਾ ਵੀ ਅਸੀਂ ਨਹੀਂ ਜਾਣਾ ਤੇ ਨਾ ਮੈਂ ਉਹਨਾਂ ਨੂੰ ਭੇਜਣਾ ਕਿਉਂਕਿ ਉਸ ਮੇਰੇ ਭਰਾ ਤੇ ਵੀ ਭਰਾ ਦਾ ਵੀ ਨਾਂ ਲਿਖਾਇਆ ਵੈਸੀ ਉਹਨਾਂ ਨੇ ਪਹਿਲਾਂ ਕੇਸ ਦੇ ਵਿੱਚ ਮੈਂ ਕਿਹਾ ਵੀ ਅਸੀਂ ਨਹੀਂ ਜਾਣ ਦੇਣਾਗਾ ਬਿਲਕੁਲ ਵੀ ਪਰ ਫਿਰ ਵੀ ਇਹਨਾਂ ਨੇ ਮੈਨੂੰ ਨਹੀਂ ਦੱਸਿਆਗਾ ਵਕੀਲ ਸਾਹਿਬ ਵੀ ਗੁੱਸੇ ਹੋਏ ਮੈਨੂੰ ਨਹੀਂ ਪਤਾ ਲੱਗਾ ਮੈਂ ਪਈ ਸੀ ਅੰਦਰ ਅੱਜ ਇਹਨਾਂ ਨੇ ਫਿਰ ਵੀ ਗੱਡੀ ਦੇਤੀ ਉਹਨਾਂ ਨੂੰ ਅੱਜ ਕਰਾ ਕੇ ਅੱਛਾ ਤੁਸੀਂ ਅੱਜ ਗੱਡੀ ਕਰਾ ਕੇ ਗੱਡੀ ਕਰਾ ਕੇ ਦਿੱਤੀ ਆ ਪੁਲਿਸ ਵਾਲੇ ਲੈ ਕੇ ਗਏ ਉੱਥੇ ਅੱਛਾ ਜੀ ਫਿਰ ਕੀ ਕਹਿੰਦੇ ਨੇ ਵਾਪਸ ਆ ਕੇ ਕਹਿੰਦੇ ਜੀ ਹੈ ਨਹੀਂ ਉੱਥੇ ਪਿੰਡ ਵਾਲਿਆਂ ਨੇ ਦੱਸਿਆ ਬਈ ਸਵੇਰੇ ਗਏ ਆ ਇਹਦਾ ਮਤਲਬ ਇਹਨਾਂ ਨੇ ਫੋਨ ਕੀਤਾ ਜਾਂਦਿਆਂ ਨੂੰ ਉਹ ਪਾਸੇ ਹੋ ਗਏ ਪਿੰਡ ਵਾਲਿਆਂ ਨੇ ਗੱਲ ਦੱਸੀ ਆ ਵੀ ਸਵੇਰੇ ਗਏ ਇਥੋਂ ਤੇ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਨੇ ਫੋਨ ਕਰਤਾ ਇਥੋਂ ਤੁਰਨ ਲੱਗਿਆਂ ਨੇ ਜਾਂਦਿਆਂ ਨੂੰ ਪਾਸੇ ਹੋ ਗਏ ਤੇ ਮਾਤਾ ਜੀ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਪਹਿਲਾਂ ਉਹਨੂੰ ਅਸੀਂ ਛੱਡਿਆ ਸੀ ਸਭ ਕੁਝ ਕਹਿਤਾ ਸੀ ਪਰ ਅੱਜ ਮੈਂ ਇਹੀ ਇਨਸਾਫ ਮੰਗਿਏ ਮੇਰੇ ਪੁੱਤ ਦੀ ਸ਼ਾਂਤੀ ਮਿਲੇ ਉਹਨੂੰ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਜ਼ਾ ਹੋਣੀ ਐ ਅਸੀਂ ਕਿਉਂਕਿ ਹੁਣ ਤਾਂ ਕੋਈ ਗਵਾਉਣ ਨੂੰ ਰਹੀ ਨਹੀਂ ਗਿਆ ਸਾਡਾ ਤਾਂ ਸਾਰਾ ਕੁਝ ਗਵਾਚ ਗਿਆ ਉਹਨੇ ਗਵਾਤਾ ਸਾਡਾ ਸਾਰਾ ਕੁਝ ਪਰ ਅੱਜ ਇਹੀ ਇਨਸਾਫ ਦੀ ਮੰਗ ਕਰ ਰਹੀ ਆਂ ਵੀ ਮੈਂ ਤਾਂ ਜੇਲ੍ਹ ਦੇ ਅੰਦਰ ਉਹਨਾਂ ਨੂੰ ਸਾਡਾ ਨਾ ਦੇਖਦੀ ਆਂ ਬਸ ਕੀ ਚਾਹੁੰਦੇ ਕੀ ਸਜ਼ਾ ਮਿਲੇ ਉਹਨਾਂ ਨੂੰ ਨਾ ਮੈਂ ਤਾਂ ਕਹਿੰਦਾ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਿਤਨਾ ਕਿਤੇ ਇੱਕ ਨਹੀਂ ਉਹਨੇ ਤਿੰਨ ਮੌਤਾ ਕੀਤੀਆਂ ਨੇ ਤੁਹਾਡਾ ਵਿੜਾਪੇ ਦਾ ਸਹਾਰਾ ਠੀਕ ਹੈ ਇੱਕ ਆਪਣੀ ਪਤਨੀ ਨੂੰ ਇੱਕ ਮਾਤਾ ਦੇ ਰਿਸ਼ਤੇ ਨੂੰ ਵੀ ਕਲੰਕਿਤ ਕੀਤਾ ਔਰਤ ਦੇ ਰਿਸ਼ਤੇ ਨੂੰ ਵੀ ਕਲੰਕਿਤ ਕੀਤਾ ਬਕਾਲਤ ਜਿਹੜਾ ਕਿ ਮਾਨਯੋਗ ਇੱਕ ਅਹੁਦਾ ਹੈਗਾ ਕਿ ਜਦੋਂ ਵੀ ਆਪਣੇ ਨਾਲ ਕੋਈ ਏਦਾਂ ਦਾ ਗੁਨਾਹ ਹੁੰਦਾ ਕੋਈ ਧੱਕਾ ਹੁੰਦਾ ਆਪਾਂ ਜਾਦਾ ਪੁਲਿਸ ਨੂੰ ਦੇਖਦੇ ਆ ਕਿ ਪੁਲਿਸ ਕੋਲ ਜਾਈਏ ਜਾਂ ਆਪਾਂ ਦੇਖਦੇ ਆ ਵੀ ਵਕੀਲ ਸਾਹਿਬ ਕੋਲ ਜਾਈਏ ਉੱਥੇ ਹੀ ਆਪਾਂ ਨੂੰ ਆਸ ਹੁੰਦੀ ਹੈ ਵੀ ਇਨਸਾਫ ਮਿਲੂਗਾ ਜੇਕਰ ਉਹ ਕਾਲਾ ਕੋਟ ਪਾਉਣ ਵਾਲੇ ਇੱਕ ਵਕੀਲ ਦੇ ਪੇਸ਼ੇ ਨੂੰ ਹੀ ਬਦਨਾਮ ਕਰ ਗਈ ਉਹਦੇ ਲਈ ਇੱਕ ਮੈਂ ਕਹਿੰਦਾ ਮੌਤ ਦੀ ਸਜ਼ਾ ਵੀ ਘੱਟ ਹੋਵੇਗੀ ਇੱਥੇ ਤੇ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਬਸ ਮੈਨੂੰ ਤਾਂ ਵਕੀਲ ਸਾਹਿਬ ਤੇ ਹੀ ਉਮੀਦ ਹੈ ਵੀ ਇਹ ਸਾਡੇ ਨਾਲ ਜ਼ਰੂਰ ਇਨਸਾਫ ਕਰਾਉਣਗੇ ਬਸ ਉਹ ਬਹੁਤ ਵਿਸ਼ਵਾਸ ਦਿਵਾ ਕੇ ਗਏ ਆ ਮੈਂ ਉਹਨਾਂ ਦੀਆਂ ਵੀਡੀਓ ਵੀ ਦੇਖੀਆਂ ਇਸੇ ਕਰਕੇ ਮੈਨੂੰ ਉਹਨਾਂ ਤੇ ਬਿਲਕੁਲ ਵਿਸ਼ਵਾਸ ਆ ਵੀ ਸਾਡੇ ਗਰੀਬਾਂ ਦੀ ਉਹੀ ਸੁਣਨਗੇ ਸਭ ਕੁਝ ਕਰ ਹੋਣਗੇ ਸਾਡੇ ਪੱਲੇ ਕੁਝ ਨਹੀਂ ਰਿਹਾ ਜੋ ਬੇੜਾ ਹੀ ਚੱਲਿਆ ਗਿਆ ਸਾਡੇ ਪੱਲੇ ਕੀ ਆ ਗਰੀਬ ਆਦਮੀ ਮੈਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੋ ਦੋਸਤੋ ਇਹ ਸੀ ਉਹ ਪੀੜਤ ਪਰਿਵਾਰ ਜਿਨ੍ਹਾਂ ਦੇ ਦੁੱਖ ਨੂੰ ਆਪਾਂ ਸਮਝਦਾ ਕੀ ਜਿਹਦਾ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਨਾਂ ਦੇ ਪੁੱਤ ਦੀ ਮੌਤ ਦਾ ਜੋ ਕਾਰਨ ਹੈ ਇਨਾਂ ਦੀ ਉਹ ਨੂੰ ਉਸ ਨੂੰ ਸਖਤ ਤੋਂ ਸਖਤ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੇ ਤੇ ਐਡਵੋਕੇਟ ਸੁਨੀਲ ਮੱਲਨ ਜੀ ਇਸ ਕੇਸ ਨੂੰ ਦੇਖ ਰਹੇ ਨੇ ਕਾਨੂੰਨੀ ਪ੍ਰਕਿਰਿਆ ਹਾਲਾਂਕਿ ਲੰਬੀ ਹੁੰਦੀ ਹੈ ਫਿਰ ਵੀ ਜਿਵੇਂ ਕਿ ਹੁਣ ਲੋਕਾਂ ਦੇ ਵਿੱਚ ਵੀ ਮੰਗ ਉੱਠ ਰਹੀ ਹੈ ਕਿ ਜੋ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਉਹਨਾਂ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਜਲਦ ਤੋਂ ਜਲਦ ਉਹਨਾਂ ਦੀ ਸੁਣਵਾਈ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਸੋ ਇਸ ਵੇਲੇ ਮੈਨੂੰ ਇੱਥੇ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਮੇਰੇ ਨਾਲ ਸੀ ਜਤਿੰਦਰ ਸਿੰਘ ਦਾ ਪਰਿਵਾਰ ਜਿਵੇਂ ਕੋਈ ਹੋਰ ਅਪਡੇਟ ਸਾਹਮਣੇ ਆਉਂਦਾ ਹੈ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਕੁਝ ਵੀ ਹੁੰਦਾ ਇਸ ਕੇਸ ਦੇ ਵਿੱਚ ਉਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਸੋ ਮਿਲਦੇ ਹਾਂ ਜਲਦ ਥੈਂਕ ਯੂ ਧੰਨਵਾਦ